ਜਸਟ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਅੱਜ ਦਾ ਮੁੱਦਾ ਵੇ ਤੁਹਾਡਾ ਸਭ ਦਾ ਸਵਾਗਤ ਕਰਦਾ ਮੋਦੀ ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਸ਼ਾਮਿਲ ਕੀਤੇ ਕਿਹਾ ਤੇ ਨਵੇਂ ਚਿਹਰਿਆਂ ਦੇ ਨਾਲ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਕਿ ਮੋਦੀ ਸਰਕਾਰ ਆਪਣੀ ਇਮੇਜ ਬਿਲਡਿੰਗ ਐਕਸਰਸਾਈਜ਼ ਵਿੱਚ ਲੱਗੀ ਹੋਈ ਹੈ ਕਿਉਂ ਕੋਰੋਨਾ ਕਾਲ ਦੇ ਵਿੱਚ ਇਮੇਜ ਨੂੰ ਬਹੁਤ ਵੱਡਾ ਤੱਕਾ ਲੱਗਿਆ ਸੀ ਪਰ ਇਹ ਮੰਤਰੀ ਮੰਡਲ ਵਿੱਚ ਰੀਸ਼ਫਲ ਕਰਕੇ ਕੀ ਇਮੇਜ ਬਿਲਡਿੰਗ ਐਕਸਰਸਾਈਜ਼ ਆ ਕੰਪਲੀਟ ਹੋ ਕੀ ਹੈ ਕੀ ਤੁਹਾਨੂੰ ਦੱਸਿਆ ਜਾ ਰਿਹਾ ਕਿ ਤੁਹਾਡੇ ਲਈ ਬਦਲਾ ਆ ਰਿਹਾ ਜਾਂ ਸਿਰਫ ਚਿਹਰੇ ਹੀ ਬਦਲੇ ਗਏ ਆ ਬਹੁਤ ਸਾਰੇ ਸਵਾਲ ਹੈ ਤੇ ਇਹਨਾਂ ਸਵਾਲਾਂ ਦੇ ਵਿਚਾਲੇ ਸੋਸ਼ਲ ਇੰਜੀਨੀਅਰਿੰਗ ਵਾਲੇ ਸਵਾਲ ਵੀ ਕੀਤੇ ਜਾ ਰਹੇ ਆ ਕਿ ਸੋਸ਼ਲ ਇੰਜੀਨੀਅਰਿੰਗ ਦਾ ਮਿਸਟਰ ਮੋਦੀ ਦੀ ਯੂਪੀ ਵਿੱਚ ਇਲੈਕਸ਼ਨ ਆ ਹੋਰ ਸੂਬਿਆਂ ਵਿੱਚ ਇਲੈਕਸ਼ਨ ਆ ਸਾਰੇ ਸੂਬਿਆਂ ਨੂੰ ਰਿਪਰੈਜ਼ੈਂਟੇਸ਼ਨ ਦੇ ਰਹੀਆਂ ਉਹ ਸਾਰੇ ਸਵਾਲ ਕੀਤੇ ਜਾ ਰਿਹਾ ਅਸੀਂ ਇੱਕੋ ਸਾਲ ਪੁੱਛਾਂਗੇ 36 12 ਆਊਟ ਮੋਦੀ ਦਾ ਨਿਸ਼ਾਨਾ ਕੀ ਵੜਵੜ ਤੋਂ ਪੁਆਇੰਟਰ ਦੱਸ ਜੀ ਉਸ ਤੋਂ ਬਾਅਦ ਖਾਸ ਮਾਮਲਾ ਸਾਡਾ ਮੌਜੂਦ ਹੋਣ ਕੇ ਅੱਜ ਦਾ ਮੁੱਦਾ ਨਵੇਂ ਮੰਤਰੀ ਪੁਰਾਣੇ ਚੈਲੰਜ ਹੈ ਪੁਰਾਣੀਆਂ ਚੁਣੌਤੀਆਂ ਪੀਐਮ ਮੋਦੀ ਦੀ ਗਰਮੈਂਟ 36 ਨਵੇਂ ਚਿਹਰਿਆਂ ਤੇ ਵੈਸਟ ਛੜੀਆ ਵੈਸਟ ਇਸ ਕਰਕੇ ਛੜੀਆ ਕਿ 12 ਪੁਰਾਣੇ ਮੰਤਰੀ ਬਾਹਰ ਕਰ ਦਿੱਤੇ ਗਏ 7 ਨੂੰ ਪ੍ਰੋਮੋਸ਼ਨ ਮਿਲੀ ਹੈ ਹੁਣ ਕੁੱਲ 11 ਮਹਿਲਾ ਮੰਤਰੀ ਹੈ ਪਹਿਲੀ ਵਾਰ ਨਹੀਂ ਹੋਇਆ 11 ਮਹਿਲਾ ਮੰਤਰੀ ਹੈ ਇਸ ਤੋਂ ਪਹਿਲਾਂ ਵੀ ਮਨਮੋਹਨ ਸਰਕਾਰ ਦੇ ਵਿੱਚ ਵੀ 10 ਮਹਿਲਾ ਮੰਤਰੀ ਰਹਿ ਚੁੱਕੇ ਆ ਪਰ ਸਵਾਲ ਬਹੁਤ ਸਾਰੇ ਹੈ ਸਿਹਤ ਸਿੱਖਿਆ ਕਾਨੂੰਨ ਆਈਟੀ ਤੇ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਮੰਤਰੀ ਬਦਲੇ ਰਮੇਸ਼ ਪੋਖਰਾਲੇ ਨਿਸ਼ੰਕ ਰਵੀਸ਼ੰਕਰ ਪ੍ਰਸਾਦ ਪ੍ਰਕਾਸ਼ ਚਾਵੜੇਕਰ ਦੀ ਛੁੱਟੀ ਕੀਤੀ ਕੀਆ ਇਹ ਸਵਾਲ ਬੜੇ ਵੱਡੇ ਨੇ ਤੇ ਯੂਪੀ ਨੂੰ ਵਧੇਰੇ ਤਰਜੀਹ ਦਿੱਤੀ ਗਈ ਹੈ ਯੂਪੀ ਵੱਡਾ ਖੇਤਰ ਵੀ ਹੈ ਸੱਤਾ ਦੇ ਮੱਦੇ ਨਜ਼ਰ ਵੀ ਤੇ ਖੇਤਰ ਦੇ ਮੱਦੇ ਨਜ਼ਰ ਵੀ ਤੇ ਯੂਪੀ ਨੂੰ ਵਧੇਰੇ ਤਰਜੀਹ ਮਿਲੀ ਹੈ ਪਹਿਲਾਂ 7 ਸੀਗੇ ਉਤੋਂ ਹੁਣ 14 ਮੰਤਰੀ ਹੋ ਗਏ ਹੈ ਸਾਬਕਾ ਬਿਰੋਕਰੇਟ ਦੀ ਗਿਣਤੀ ਵਧੀ ਹੈ ਇਹਨਾਂ ਵਿੱਚ ਵੀ ਸਵਾਲ ਹੈ ਪੰਜਾਬ ਲਈ ਕੁਝ ਨਵਾਨੀ ਹੈ ਕਿਉਂਕਿ ਪੰਜਾਬ ਵਿੱਚ ਹਰਸ਼ੀਮਕੋ ਬਦਲ ਨੇ ਅਸਤੀਫਾ ਦਿੱਤਾ ਸੀਗਾ ਖੇਤੀਬਾੜੀਗਰਾਂ ਦੇ ਅੰਦੋਲਨ ਦੇ ਮੱਦੇ ਨਜ਼ਰ ਉਸ ਤੋਂ ਬਾਅਦ ਪੰਜਾਬ ਤੋਂ ਸਿਰਫ ਇੱਕ ਸੋਮ ਪ੍ਰਕਾਸ਼ ਜਿਹੜੇ ਐਮਓਐਸ ਹੈ ਉਹ ਪਹਿਲਾਂ ਵੀ ਸੀ ਅੱਜ ਵੀ ਹੈਗੇ ਹੈ ਤੇ ਹਰਿਆਣਾ ਤੇ ਉੱਤਰਾਖੰਡ ਦਾ ਕਦ ਕਟਾਇਆ ਗਿਆ ਤੇ ਗੁਜਰਾਤ ਦਾ ਕਦ ਬਤਾਇਆ ਗਿਆ ਬਹੁਤ ਸਾਰੇ ਸਵਾਲ ਹੈ ਇਹਨਾਂ ਸਵਾਲਾਂ ਚਰਚਾ ਕਰਾਂਗੇ ਖਾਸ ਐਕਟੀਵਿਸਟ ਨੇ ਸਾਫ ਕਾ ਰਜਿਸਟਰਰ ਨੇ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਤੇ ਤੇ ਅਕਸਰ ਇਹ ਆਰਟੀਕਲ ਲਿਖਦੇ ਰਹਿੰਦੇ ਆ ਇਹਨਾਂ ਨੂੰ ਪਤਾ ਸਿਆਸਤ ਕੀ ਕਰ ਰਹੀ ਆ ਖਾਸ ਤੌਰ ਤੇ ਇਹਨਾਂ ਨੂੰ ਇਸ ਤਰ੍ਹਾਂ ਕਿ ਸਦਿਆ ਕੋ ਜਿਹੜੇ 4 ਮੰਤਰੀ ਬਦਲੇ ਕੇ ਆ 4 ਮੰਤਰੀਆਂ ਦੇ ਵਿਭਾਗ ਬਦਲੇ ਗਿਆ ਉਹਨਾਂ ਬਾਰੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਡਾਟ ਪਹਿਲਾ ਗਰਗ ਸਰ ਬਹੁਤ ਸਵਾਗਤ ਆ ਸਰ ਤੁਹਾਡਾ ਸ਼ੁਕਰੀਆ ਜੀ ਬਹੁਤ ਵਾਤ ਸਸੀ ਕਾਲ ਜੀ ਸਸੀ ਕਾਲ ਜੀ ਡਾਟ ਪਹਿਲਾ ਗਰਗ ਪਹਿਲਾ ਸਵਾਲ ਤਾਂ ਇਹ ਹੀ ਆ ਸਰ ਇਹ 4 ਕਿਉਂ ਹੋਏ ਬਾਰ ਮੈਂ ਪ੍ਰਕਾਸ਼ ਜਾਵੜ ਕਰਦੀ ਗੱਲ ਕਰ ਰਿਹਾ ਹਾਂ ਡਾਕਟਰ ਹਰਸ਼ਵਰਧਨ ਦੀ ਗੱਲ ਕਰ ਰਿਹਾ ਹਾਂ ਰਵੀਸ਼ੰਕਪ੍ਰਸਾਦ ਦੀ ਗੱਲ ਕਰ ਰਿਹਾ ਹਾਂ ਰਮੇਸ਼ ਪੋਖਰਲ ਨਿਸ਼ੰਕ ਦੀ ਗੱਲ ਕਰ ਰਿਹਾ ਡਟਕਰ ਦੇਖੋ ਗੱਲ ਇਹ ਹੈ ਕਿ ਪੀ ਸਿੰਘ ਜੀ ਬਈ ਉਂਜਤਾ ਕਿ ਆਸਰਾਇਆਂ ਵੀ ਉਹਨਾਂ ਦਾ ਕੰਮ ਮਾੜਾ ਸੀ ਜੀ ਫਲਾਣਾ ਸੀ ਤੇ ਹੁਣ ਕੰਮ ਸੁਧਾਰਨ ਵਾਸਤੇ ਕਿਹਾ ਗਿਆ ਇਹ ਬੜੀਆਂ ਗੱਲਾਂ ਆਮ ਹੀ ਚੱਲ ਰਹੀਆਂ ਨੇ ਤੇ ਜਿਹੜੇ ਬੀਜੇ ਪੱਖੀ ਨੇ ਉਹ ਤਾਂ ਕੱਲੀ-ਕੱਲੀ ਗੱਲ ਵੀ ਦੱਸੀ ਜਾ ਰਹੇ ਨੇ ਵੀ ਦੇਖੋ ਜੀ ਹਰਸ਼ਵਰਧਨ ਨੇ ਇਹ ਕਰਿਆ ਜੀ ਪੋਖਰੇਵਾਲ ਦਾ ਆ ਕਸੂਰ ਸੀਗਾ ਨਹੀਂ ਉਹ এডਿਕੇਸ਼ਨ ਪਾਲਿਸੀ ਦੇ ਬਾਰੇ ਤੇ ਜਿਹੜਾ ਆਪਣਾ ਜਾਵੀਦ ਕਰਦਾ ਸੀ ਉਹ ਆਈਟੀ ਨੂੰ ਕਿਵੇਂ ਨਹੀਂ ਸੰਭਾਲ ਸਕੇ ਜਿਹੜੀ ਇਨਫਰਮੇਸ਼ਨ ਨੂੰ ਤੇ ਰਵੀ ਸ਼ੰਕਰ ਪ੍ਰਸਾਦ ਜਿਹੜੇ ਸੀ ਉਹਨਾਂ ਨੇ ਦੋਨੇ ਪਾਸੇ ਜਿਹੜਾ ਸੀ ਆਪਣਾ ਇਨਫਰਮੇਸ਼ਨ ਬ੍ਰॉडकास्टਿੰਗ ਐਸ ਵਾਟ ਐਸ ਸੌਰੀ ਆਈਟੀ ਤੇ ਨਾਲ ਆਪਣਾ ਲਾ ਉਹ ਦੋਹਾਂ ਜੀ ਉਹ ਜਸਟਿਸ ਨਹੀਂ ਕਰ ਸਕੇ ਇਹ ਬੜੀਆਂ ਗੱਲਾਂ ਕਹੀਆਂ ਜਾਂਦੀਆਂ ਪਰ ਅਸਲ 'ਚ ਜੇ ਅਸੀਂ ਦੇਖੀਏ ਕਿ ਕੈਬਨਟ ਦੀ ਜਿਹੜੀ ਪੂਰੀ ਬੰਤਰ ਬਣਾਈ ਹੈ ਉਹਦੇ ਵਿੱਚੋਂ ਜਿਹੜੇ ਕੰਦਾਵਰ ਚਲੇ ਸੋ ਬਾਹਰ ਕਰੇ ਗਏ ਨੇ ਇਹ ਇੱਕ ਨਵੀਂ ਗੱਲ ਜਿਹੜੀ ਮੈਨੂੰ ਲੱਗਦੀ ਹੈ ਪਤਾ ਨਹੀਂ ਲੋਕ ਫੋਕਸ ਨਹੀਂ ਕਰ ਰਹੇ ਕਿ ਮੋਦੀ ਸਾਹਿਬ ਤੇ ਸ਼ਾਹ ਜੀ ਦੀ ਇੱਕ ਬਿਲਕੁਲ ਜਿਹੜੀ ਦੋ ਜੋੜੀ ਹੈ ਇਹ ਕੋਸ਼ਿਸ਼ ਕਰਦੇ ਆ ਵੀ ਵੱਧ ਵੱਧ ਉਹ ਬੰਦੇ ਬਾਹਰ ਕੱਢੇ ਜਾਣ ਜਿੰਨਾਂ ਮੜਾ ਮੂਟਾ ਆਫ ਦਾ ਕੋਲ ਸਟੈਂਡ ਹੈਗਾ ਤੇ ਵੱਦ ਵੱਦ ਉਹ ਨਿਹਾਂਦੇ ਜਾਣ ਜਿਨਹਦੇ ਜਨਤਾ ਨਗਰ ਸਰ ਇੱਕ ਸਵਾਲ ਕਰ ਲਾ ਮੈਂ ਥੋੜਾ ਸਿੱਧਾ ਸਵਾਲ ਕਰ ਲਵਾ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਜਿਹੜੇ ਮਿਸਟਰ ਮੋਦੀ ਦੇ ਸ਼ਾਹ ਨੂੰ ਥ੍ਰੈਟ ਲੱਗਦੇ ਆ ਇਹੀ ਕਹਿਣਾ ਚਾਹ ਰਹੇ ਹੋ ਤੁਸੀਂ ਹਾਂਜੀ ਹਾਂ ਤੇ ਉਹਦੇ ਵਿੱਚ ਕੀ ਲੱਗਦਾ ਹੈ ਜੇ ਅਸੀਂ ਦੇਖੀਏ ਜਿੱਦ ਦੇ ਮੋਦੀ ਸਾਹਿਬ ਆਏ ਨੇ 2014 ਤੋਂ ਪਹਿਲਾਂ ਇਹਨਾਂ ਨੇ ਬੜੇ ਸੀਨੀਅਰ ਨੇਤਾ ਨੂੰ ਬਾਹਰ ਕੱਢਿਆ ਫੇਰ ਜਿਹੜੇ ਜਿਹੜੇ ਨੇਤਾ ਕੰਮ ਕਰਦੇ ਵੀ ਸੀ ਉਹਨਾਂ ਦਾ ਕੰਮ ਤਾਂ ਸੁਸ਼ਮ ਸਵਰਾਜ ਜੀ ਸੀਗੇ ਹੁਣ ਸਵਰਗੀ ਨੇ ਉਹਨਾਂ ਦਾ ਕੰਮ ਤਾਂ ਫੋਰਮਨ ਮਿਨਿਸਟਰ ਦੇ ਬਾਵਜੂਦ ਕੋਈ ਹੋਰ ਹੀ ਕਰੀ ਜਾਂਦਾ ਸੀ ਤੇ ਹੁਣ ਆਪਾਂ ਜਿਹੜਾ ਰਾਜਨਾਥ ਸਿੰਘ ਵੀ ਦੇਖ ਲਈਏ ਤੇ ਉਹ ਰੱਖਿਆ ਮੰਤਰੀ ਹੈਗੇ ਨੇ ਪਰ ਰੱਖਿਆ ਮੰਤਰੀ ਦਾ ਕੰਮ ਤਾਂ ਕੋਈ ਕਰ ਨਹੀਂ ਰਿਹਾ ਉਸ ਤਰੀਕੇ ਦਾ ਇੱਕ ਗੜਕਰੀ ਸਾਹਿਬ ਹੈਗੇ ਨੇ ਜਿਹੜੇ ਆਪਦੇ ਮੰਤਰਾਲੇ ਨੂੰ ਪ੍ਰਵਾਹਨ ਮੰਤਰਾਲੇ ਨੂੰ ਉਸ ਨੂੰ ਚਾਹੁੰਦੇ ਨੇ ਸਰਵਿਸ ਟ੍ਰਾਂਸਪੋਰਟ ਨੂੰ ਤੇ ਬਾਕੀ ਤਾਂ ਐਮਐਸ ਮੀ ਉਦਾਂ ਤੋਂ ਲਈ ਲਈ ਵਾਪਸ ਜੇ ਅਸੀਂ ਦੇਖੀਏ ਵੀ ਜਿਹੜਾ ਹੁਣ ਤੱਕ ਫੈਸਲੇ ਵੀ ਲਏ ਜਾਂਦੇ ਸੀ ਕਰਿਆ ਵੀ ਜਾਂਦਾ ਸੀ ਉਹਦੇ ਵਿੱਚ ਕਿਸੇ ਮੰਤਰੀ ਦਾ ਕਦੇ ਚਿਹਰਾ ਨਹੀਂ ਆਇਆ ਮੰਤਰੀ ਦਾ ਜਿਹੜਾ ਸਿਰਫ ਨੁਕਸ ਕੱਢਣ ਵਾਸਤੇ ਆਇਆ ਹੈ ਜਿਹੜੀ ਅਚੀਵਮੈਂਟ ਵਾਸਤੇ ਕਿਹੜਾ ਆਇਆ ਹੈ ਜਾਂ ਫੈਸਲੇ ਲੈਣ ਦਾ ਚਿਹਰਾ ਆਇਆ ਹੈ ਉਹ ਸਿਰਫ ਮੋਦੀ ਜੀ ਦਾ ਹੀ ਆਇਆ ਹੈ ਚਾਹੇ ਉਹ ਕੋਵਿਡ ਦੇ ਦੌਰਾਨ ਜਿਵੇਂ ਇੱਕ ਇੱਕ ਮੰਤਰਾਲੇ ਨੂੰ ਲੜੀਏ ਚਾਹੇ ਕੋਵਿਡ ਦੇ ਵਿੱਚ ਲਾਕਡਾਊਨ ਲਾਉਣਾ ਸੀ ਚਾਹੇ ਉਹਦੇ ਚ ਟ੍ਰੀਟਮੈਂਟ ਦਾ ਫੈਸਲਾ ਕਰਨਾ ਸੀ ਚਾਹੇ ਉਹਦੇ ਵਿੱਚ ਪੀਐਮ ਕੇਰ ਫੰਡ ਲੈ ਆਉਣਾ ਸੀ ਉਹਦਾ ਤਾਂ ਨਾ ਹੀ ਪੀਐਮ ਕੇਰ ਫੰਡ ਹੈ ਚਾਹੇ ਉਹਦੇ ਸਾਜੋ ਸਮਾਨ ਖਰੀਦਣਾ ਸੀ ਚਾਹੇ ਉਹਦੇ ਵਿੱਚ ਅਮਰੀਕਾ ਨਾਲ ਕੋਈ ਸਾਂਝ ਸੀ ਜਿਹੜੀ ਉਹਦੇ ਵਿੱਚ ਵੀ ਤੁਸੀਂ ਇੱਥੇ ਕੋਕੜਾ ਆਉਣਾ ਜਾਂ ਨਹੀਂ ਆਉਣਾ ਇਹ ਹੋ ਸਕਦਾ ਜਾਂ ਨਹੀਂ ਹੋ ਸਕਦਾ ਉਹ ਸਾਰਾ ਕੁਝ ਮੋਦੀ ਜੀ ਦਾ ਆਪਣਾ ਸੀ ਉਸ ਦਾ ਸ਼ਾਹ ਜੀ ਵੀ ਕੋਈ ਬਹੁਤਾ ਨਹੀਂ ਬੋਲੇ ਇਹ ਮੋਦੀ ਜੀ ਹੀ ਉਸੇ ਬਿਆਨ ਦਿੰਦੇ ਸੀ ਚਾਹੇ ਥਾਲੀਆਂ ਖੜਕਾਉਣੀਆਂ ਸੀ ਚਾਹੇ ਟੱਡੀਆਂ ਵੱਜਵਾਨੀਆਂ ਸੀ ਚਾਹੇ 9:00 ਵਜੇ 9 ਮਿੰਟ ਤੇ ਬਿਜਲੀ ਬੰਦ ਕਰਨੀ ਸੀ ਚਾਹੇ 21 ਦਿਨ ਦੇ ਵਿੱਚ ਜੰਗ ਜਿੱਤਣ ਦੀ ਗੱਲ ਕਹੀ ਗਈ ਸੀ ਤੇ ਚਾਹੇ ਆਕਸੀਜਨ ਦੀ ਸ਼ਾਰਟ ਜੇ ਵੀ ਹੋਈ ਜਿਹੜੀ ਜਿਹੜੇ ਲੋਕਾਂ ਨੂੰ ਹਸਪਤਾਲ ਦੇ ਵਿੱਚ ਬੈੱਡ ਨਹੀਂ ਮਿਲੇ ਜਿਹੜਾ ਸੈਕੰਡ ਵੇਵ ਦੇ ਵਿੱਚ ਦਵਾਈਆਂ ਨਹੀਂ ਮਿਲੀਆਂ ਹੁਣ ਦਵਾਈਆਂ ਤਾਂ ਹੈਲਥ ਮਿਨਿਸਟਰੀ ਦੇ ਵੈਸੇ ਨਹੀਂ ਅੰਡਰ ਹੁੰਦੀਆਂ ਉਹ ਤਾਂ ਕੈਮੀਕਲ ਮਿਨਿਸਟਰੀ ਕੋਲ ਹੁੰਦੀਆਂ ਨੇ ਹਾਂ ਇਹ ਕਹਿ ਸਕਦੇ ਨੇ ਵੀ ਅਸੀਂ ਕੈਮੀਕਲ ਮਿਨਿਸਟਰੀ ਵੀ ਬਦਲ ਦਿੱਤੀ ਹੈ ਡਾਕਟਰ 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 ਜੇ ਸਵਾਲ ਆਪਾਂ ਇਹਨੂੰ ਥੋੜਾ ਜਿਹਾ ਸਿੱਧਾ ਕਰ ਲਈਏ ਡਾਕਟਰ ਹਰਸ਼ਵਰਧਨ ਜਿਸ ਤਰੀਕੇ ਨਾਲ ਮੈਡੀਕਲ ਸਾਇੰਸ ਨਾਲ ਜੁੜੇ ਹੋਏ ਸੀਗੇ ਡਾਕਟਰ ਹਰਸ਼ਵਰਧਨ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਤੁਸੀਂ ਇਹ ਕਹਿਣਾ ਚਾ ਰਹੇ ਹੋ ਡਟਕਰ ਸਰ ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ ਸਰ ਮੈਨੂੰ ਲੱਗਾ ਆਵਾਜ਼ ਤੁਹਾਡੇ ਤੱਕ ਨਹੀਂ ਆ ਰਹੀ ਹੈ ਕਿ ਮੈਂ ਉਹਨਾਂ ਦਾ ਰਵੀ ਸ਼ੰਕਰ ਪ੍ਰਸਾਦ ਜੀ ਦਾ ਲਮਗਾ ਜਾਂ ਵੇਟਕਰਪਤੀ ਦਾ ਲਮਗਾ ਜਾਂ ਆਪਾਂ ਪੁਖਰੀਆਲ ਜੀ ਦਾ ਲਮਾਂਗੇ ਨਿਸ਼ੰਕ ਜੀ ਦਾ ਤੇ ਉਹਨਾਂ ਨੇ ਵੀ ਉਹ ਨਿਊ ਐਜੂਕੇਸ਼ਨ ਪਾਲਿਸੀ ਜਿਹੋ ਇਵਨ ਸੀਵੀਐਸ ਦੇ ਇਮਤਿਹਾਨਾਂ ਦੀ ਗੱਲ ਸੀ ਜਿਹੜੀ ਉਹ ਵੀ ਮੋਦੀ ਸਾਹਿਬ ਨੇ ਆਪ ਹੀ ਡਿਸਾਈਡ ਕਰੀਆ ਹੋਣੇ ਨੇ ਨਹੀਂ ਹੋਣੇ ਇਹ ਜਿਹੜੀ ਗੱਲ ਹੈ ਨਾ ਸਭ ਤੋਂ ਵੱਡੀ ਕਿ ਤੁਸੀਂ ਫੈਸਲੇ ਤਾਂ ਆਪ ਕਰੋ ਜੇ ਫੈਸਲਾ ਤੁਸੀਂ ਹੋ ਜਾਨੇ ਅਸਫਲ ਜਾ ਉਹਨਾਂ ਦਾ ਨੈਗੇਟਿਵ ਨਿਕਲਦਾ ਫਿਰ ਤਾਂ ਹੀ ਦੂਜਿਆਂ ਦੇ ਸਿਰ ਪਾ ਦੋ ਉਹਦਾ ਇੱਕ ਵੱਡਾ ਸਬੂਤ ਇਹ ਹੈ ਵੀ ਇਹਨਾਂ ਨੇ ਮੋਦੀ ਸਾਹਿਬ ਨੇ ਕੋਵਿਡ ਤੇ ਸਾਰੇ ਫੈਸਲੇ ਲੈਣ ਤੋਂ ਬਾਅਦ ਜਦ ਕੋਵਿਡ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ ਬੁਰਾ ਹਾਲ ਹੋ ਗਿਆ ਫਿਰ ਸੂਬਿਆਂ ਨੂੰ ਕਹਿੰਦਾ ਤੁਸੀਂ ਆਪੇ ਕਰੋ ਹਰ ਦੇ ਚੱਕ ਕੋਈ ਭਾਜਪਾ ਨਾ ਉਹ ਭਾਜਪਾ ਦਾ ਸਵਾਲ ਨਹੀਂ ਨਾ ਜਿੱਥੇ ਜਿਹੜਾ ਵੀ ਸੂਬੇ ਨੇ ਵੀ ਤੁਸੀਂ ਹੁਣ ਆਪੇ ਕਰੋ ਕਿਹਾ ਹੈ ਪਰ ਉਹਦੇ ਆਪੇ ਕਰੋ ਜੀ ਵੀ ਫੈਸਲਾ ਉੱਤੋਂ ਕੇਂਦਰ ਫੇਰ ਕਰੂਗਾ ਆ ਗੱਲ ਵੀ ਸਾਨੂੰ ਪੁੱਛਣੀ ਹੈ ਆ ਵੀ ਸਾਨੂੰ ਪੁੱਛਣੀ ਹੈ ਆ ਵੀ ਸਾਨੂੰ ਪੁੱਛਣੀ ਹੈ ਸੋ ਜਿਹੜਾ ਅੱਜ ਦੇਸ਼ ਦਾ ਜਿਹੜਾ ਪ੍ਰਸ਼ਾਸਨ ਦਾ ਬੁਰਾ ਹਾਲ ਹੋਇਆ ਹੋਇਆ ਹੈ ਉਹ ਇਸ ਕਰਕੇ ਹੋਇਆ ਹੋਇਆ ਹੈ ਕਿ ਡੀਸੈਂਟਰਲਾਈਜੇਸ਼ਨ ਆਫ ਪਾਵਰ ਜਿਹੜੀ ਹੁੰਦੀ ਹੈ ਜਿਹੜੇ ਸਾਡੇ ਪਾਵਰ ਕਨਸੈਪਟ ਹੈ ਠੀਕ ਹੈ ਕਿ ਮੰਤਰੀ ਜਿਹੜੇ ਨੇ ਪ੍ਰਧਾਨ ਮੰਤਰੀ ਨੇ ਆਪਣੀ ਮਰਜ਼ੀ ਨਾਲ ਬਣਾਉਣੇ ਹੁੰਦੇ ਨੇ ਉਹ ਗਲਮਖੜੀਆ ਪਾਰਟੀਆਂ ਦੇ ਕਹੇ ਤੋਂ ਪ੍ਰੈਸ਼ਰ ਸਾਰੇ ਕੁਝ ਚੱਲਦੇ ਨੇ ਪਰ ਟੈਕਨੀਕਲੀ ਪਾਬਰ ਜਿਹੜੀ ਉਹ ਪ੍ਰਧਾਨ ਮੰਤਰੀ ਕੋਲ ਹੈ ਕਿ ਉਹਨੇ ਕਿਹੜਾ ਮੰਤਰੀ ਮੰਡਲ ਬਣਾਉਣਾ ਹੈ ਆਪਦਾ ਉਹਦੇ ਤੋਂ ਠੀਕ ਨੇ ਪਰ ਸਵਾਲ ਇਹ ਹੈ ਵੀ ਜਿਹੜਾ ਤੁਸੀਂ ਮੰਤਰੀ ਮੰਡਲ ਬਣਾਉਣੇ ਉਹਨੂੰ ਕੰਮ ਕਰਨ ਦੇਣਾ ਹੁੰਦਾ ਤੇ ਉਹ ਕੰਮ ਕਰਨ ਦੇ ਵਿੱਚ ਜਿਹੜੇ ਤਕੜੇ ਚਿਹਰੇ ਸੀ ਹੁਣ ਇਹਨਾਂ ਨੇ ਪੁਰਾਣੇ ਬਿਊਰੋਕਰਟ ਆਮ ਤੌਰ ਤੇ ਇਹ ਬਹੁਤ ਘੱਟ ਹੁੰਦਾ ਕਿ ਬਿਊਰੋਕਰਟਾਂ ਦਾ ਜਿਹੜਾ ਹੈ ਉਹ ਆਪਦੀ ਕੋਈ ਪੈਰ ਹੁਣ ਧਰਤੀ 'ਚ ਕਿਉਂਕਿ ਬਿਊਰੋਕਰਟ ਰਹੇ ਹੁੰਦੇ ਨੇ ਜੀਵਨ ਦੇ ਵਿੱਚ ਉਹਨਾਂ ਦਾ ਕੋਈ ਐ ਬਹੁਤ ਵੱਡਾ ਥੱਲੇ ਜਿਗਾੜ ਨਹੀਂ ਹੁੰਦਾ ਜਿਵੇਂ ਇੱਕ ਸਿਆਸ ਸਿਆਸਦਾਨ ਹੈ ਜਿਹੜਾ ਆਦਾ ਰਹਿੰਦਾ ਇਹਦੇ ਵਿੱਚ ਜੇ ਆਪਾਂ ਦੇਖੀਏ ਕੁਝ ਗੱਲਾਂ ਹਰਸ਼ਵਰਧਨ ਜੀ ਦਾ ਕੀ ਹੋਇਆ ਹਰਸ਼ਵਰਧਨ ਜੀ ਦਾ ਤਾਂ ਸਭ ਤੋਂ ਵੱਡਾ ਮੇਰੇ ਮਨ ਦੇ ਵਿੱਚ ਆਹੇ ਇੱਕ ਚਾਇਆ ਨਹੀਂ ਖਬਰਾਂ ਚ ਕਿਤੇ ਗੱਲ ਨਹੀਂ ਹੋਈ ਵੀ ਜਿਹੜਾ RAMDEV ਨੇ ਝਗੜਾ ਕਰਿਆ ਕੋਈਕ RAMDEV ਫਾਈਨੈਂਸਰ ਵੀ ਆ RAMDEV ਇਹਨਾਂ ਦੇ ਨੇੜੇ ਵੀ ਆ RAMDEV ਨੇ ਜਿਹੜਾ ਐਡੋਪਥਿਕ ਡਾਕਟਰ ਨਾਲ ਪੰਗਾ ਲੈ ਲਿਆ ਉਹਦੀ ਕਲੋਨਲ ਵੀ ਕਰਤੀ ਸਭ ਕੁਝ ਕਰਤਾ ਉਹਦੇ ਵਿੱਚ ਹਰਸ਼ਵਰਧਨ ਨੇ ਕਹਿਤਾ ਵੀ ਇਹ ਬਹੁਤ ਮਾੜੀ ਗੱਲ ਆ ਤੂੰ ਮਾਫੀ ਮੰਗ ਤੁਹਾਨੂੰ ਵਿਡਰਾ ਕਰ ਮਾਫੀ ਵੀ ਨਹੀਂ ਕਿਹਾ ਬਲਕੇ ਵਿਡਰਾ ਕਰ ਬਿਆਨ ਨੂੰ ਮੈਨੂੰ ਲੱਗਦਾ ਵੀ ਇਹ ਇੱਕ ਬਹੁਤ ਵੱਡਾ ਕਾਰਨ ਬਣਿਆ ਹੈ ਹਰਸ਼ਵਰਧਨ ਜੀ ਨੂੰ ਬਾਹਰ ਤੇ ਜਾਂਦਾ ਵੀ ਅੱਛਾ ਤੂੰ ਰਹੇ ਡੱਟ 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 ਹਰਸ਼ਵਰਧਨ ਤਾਂ ਨਾਲ ਖੜੇ ਸੀਗੇ ਜਦੋਂ ਇਹ ਸਾਰੀ ਲਾਂਚਿੰਗ ਹੋਈ ਹੈ RAMDEV ਜੀ ਵਾਲੀ ਨਹੀਂ ਨਹੀਂ ਪਹਿਲਾਂ ਨਾਲ ਸੀਗੇ ਨਾ ਇਹ ਕੀ ਤਾਂ ਇਹ ਤਾਂ ਗੱਲ ਹੈ ਉਹ RAMDEEP ਦੇ ਨਾਮ ਸੀਗੇ ਕੋਰੋਂ ਲੋਕ ਤੇ ਹਰ ਚੀਜ਼ ਤੇ ਨਾਲ ਸੀ ਕਿਉਂਕਿ ਇਹਨਾਂ ਦੀ ਪਾਰਟੀ ਦਾ ਉੱਤੋਂ ਫੈਸਲਾ ਸੀ ਫੈਸਲਾ ਕੋਈ ਹਰਸ਼ਵਰਧਨ ਦਾ ਕੱਲੇ ਦਾ ਛੋਟਾ ਸੀ ਪਰ ਜਿੱਦੇ ਉਹਨਾਂ ਨੇ ਐਲੋਪੈਥੀ ਦੇ ਬਾਰੇ ਨੈਗੇਟਿਵ ਬਿਆਨ ਦੇ ਦਿੱਤੇ ਤੇ ਐਲੋਪੈਥੀ ਦੇ ਡਾਕਟਰ AI M A ਹੋਰ ਪਿੱਛੇ ਪੈ ਗਏ ਬਦਨਾਮੀ ਬਹੁਤ ਹੋਣ ਲੱਗੀ ਉਹਦੇ ਪਹਿਲਾ ਬਿਆਨ RAMDEEP ਦੇ ਬਾਰੇ ਹਰਸ਼ਵਰਧਨ ਜੀ ਨੇ ਦਿੱਤਾ ਕਿ ਵੀ ਇਹ ਆਪਣੀ ਜਿਹੜੀ ਸਟੇਟਮੈਂਟ ਆ ਉਹ ਵਿਡਰਾ ਕਰੇ ਠੀਕ ਠੀਕ ਇਹ ਜਿਹੜਾ ਉਹਨੂੰ ਵਿਡਰਾ ਕਰਨੀ ਪਈ ਪਰ ਮੁੜ ਕੇ ਫੇਰ ਬੋਲਦਾ ਰਿਹਾ ਉਹ ਹਰ ਰੋਜ ਹਰਸ਼ ਉਹ ਜਿਹੜਾ ਸੀ ਰਾਮਦੇਵ ਉਹ ਕੁਛ ਨਾ ਕੁਛ ਕੁਛ ਨਾ ਕੁਛ ਨੰਮੀ ਗੱਲ ਕਹਿੰਦਾ ਰਿਹਾ ਹੁਣ ਉਹ ਕਿਉਂ ਸੀ ਇੱਕ ਲਾਈਨ ਕਿ ਮੈਂ ਕਹਾਂਗਾ ਜੀ ਕਿਉਂਕਿ ਉਹ ਸਟੇਟਮੈਂਟ ਜਿਹੜੀ ਦਿੱਤੀ ਸੀ ਰਾਮਦੇਵ ਨੇ ਵੀ ਇਹ ਮਰੀਜ਼ ਤਾਂ ਆਕਸੀਜਨ ਦੀ ਕਮੀ ਕਰਕੇ ਨਹੀਂ ਮਰੇ ਹਸਪਤਾਲਾਂ ਦੇ ਬੈੱਡ ਦੀ ਕਮੀ ਕਰਕੇ ਨਹੀਂ ਮਰੇ ਇਹ ਰਮਨਸੀਹ ਵੀਰ ਨਾ ਮਿਲਣ ਕਰਕੇ ਨਹੀਂ ਮਰੇ ਬਲਕਿ ਚਾਹੀਦੀ ਦਵਾਈਆਂ ਕਰਕੇ ਮਰੇ ਨਹੀਂ ਆਕਸੀਜਨ ਮਿਲਣ ਕਰਕੇ ਮਰੇ ਨਹੀਂ ਵੈਂਟੀਲੇਟਰ ਮਿਲਣ ਕਰਕੇ ਮਰੇ ਨਹੀਂ ਉਹ ਮੋਦੀ ਸਾਹਿਬ ਦੀ ਸ਼ਬੀ ਨੂੰ ਸੁਧਾਰਨ ਵਾਸਤੇ ਉਸ ਪਾਸੇ ਲੈ ਕੇ ਜਾਣੀ ਸੀ ਗੱਲ ਠੀਕ ਠੀਕ ਉਹਦਾ ਪੈ ਕੇ ਰੌਲਾ ਤੇ ਫਰਸ਼ਵਰ ਸਿੰਘ ਜੀ ਨੇ ਕਹਿਤਾ ਵੀ ਤੂੰ ਵਿਡਰਾ ਕਰ ਇੱਥੇ ਸਾਰਾ ਝੜਾ ਇਹ ਕਿਸੇ ਨੇ ਸੋਚਿਆ ਨਹੀਂ ਹੈ ਵੀ ਕਿਉਂਕਿ ਉਹ ਤਾਂ 26000 ਰੁਪਏ ਵਾਸਤੇ ਸੀ ਸਮਝ ਕੋਈ ਐ ਹੀ ਐਡੋ ਪੈਥੀ ਨੂੰ ਗਾਲਾਂ ਕੱਢਦਾ RAMDEV ਦਾ ਐਡੋ ਪੈਥੀ ਦਾ ਬਹੁਤ ਖਲਾਫ ਹੈ ਇਹਦਾ ਚੱਕਰ ਨਹੀਂ ਸੀ ਉਹ 26000 ਰੁਪਏ ਵਾਸਤੇ ਦੱਸਣਾ ਇਹ ਸੀ ਵੀ ਜਿੰਨੀਆਂ ਇਨੀਆਂ ਮੌਤਾਂ ਹੋਈਆਂ ਨੇ ਜੋ ਇਹਨਾਂ ਤਾंडਵ ਹੋਇਆ ਇਹਦੇ ਵਿੱਚ ਐਲੋਪੈਥੀ ਫੇਲ ਹੈ ਐਲੋਪੈਥੀ ਜਿਵੇਂ ਤੁਸੀਂ ਕਹੀ ਜਾਂਦੇ ਹੋ ਇੱਥੇ ਪੀਐਮ ਸਾਹਿਬ ਦੀ ਕੋਈ ਫੇਰ ਨਹੀਂ ਚਲੋ ਆ ਦੱਸਦੇ ਹਾਂ ਚਲੋ ਮੈਂ ਇੱਕ ਛੋਟਾ ਬ੍ਰੇਕ ਲਵਾਂਗਾ ਬ੍ਰੇਕ ਤੋਂ ਵਾਪਸ ਆਵਾਂਗੇ ਡਾਟਾ ਗਰਗ ਇਨਸਾਈਡ ਦੱਸ ਰਿਹਾ ਇਨਸਾਈਡ ਕਹਾਣੀ ਕੀ ਹੈ ਕਿ ਉਸ ਕਹਾਣੀ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ ਅਸੀਂ ਜਿਹੜੇ ਚਾਰ ਵੱਡੇ ਮੰਤਰਾਲਿਆਂ ਦੀ ਗੱਲ ਕਰ ਰਹੇ ਹਾਂ ਉਸ ਦੇ ਨਾਲ ਬਾਕੀ ਮੰਤਰਾਲਿਆਂ ਤੇ ਵੀ ਨਜ਼ਰ ਮਾਰਨੀ ਜ਼ਰੂਰੀ ਹੈ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਬਾਰੇ ਕੀ ਫੈਸਲਾ ਹੈ ਤੇ ਨਰਿੰਦਰ ਸਿੰਘ ਤੋਮਰ ਤੇ ਵਿਸ਼ਵਾਸ ਚੁਤਾ ਕੇ ਮਿਸਟਰ ਮੋਤੀ ਨੇ ਕਿਸਾਨਾਂ ਨੂੰ ਕੀ ਸੁਨੇਹਾ ਦਿੱਤਾ ਇਸ ਤੇ ਵੀ ਚਰਚਾ ਹੋਣੀ لازਮੀ ਹੈ ਵਾਪਸ ਆ ਰਹੇ ਇੱਕ ਵੇਥੇ ਉਹਦਾ ਸਵਾਲ ਕਰਦੇ ਹਾਂ ਮੋਦੀ ਦਾ ਨਿਸ਼ਾਨਾ ਕੀ ਹੈ ਡਾਟ ਗਰਗ ਸਰ ਰਮੇਸ਼ ਪੋਖਰਿਆਲ ਨਿਸ਼ੰਕ ਦੇ ਕਾਰਜਕਾਲ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਆਈ ਕਰੋਨਾ ਕਾਲ ਦੇ ਵਿੱਚ ਸੀਬੀਐਸਸੀ ਪੈਟਰਨ ਦਾ ਜ਼ਿਕਰ ਹੋਇਆ ਕਿਸ ਤਰੀਕੇ ਨਾਲ ਹੈਂਡਲ ਕਰਨਾ ਸਰ ਉਹਨਾਂ ਨੇ ਤਾਂ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਨਿਸ਼ੰਕ ਸਾਹਿਬ ਨੇ ਤੁਹਾਨੂੰ ਨਹੀਂ ਲੱਗਦਾ ਡਾਟ ਗਰ ਤੁਸੀਂ ਅਕਸਰ ਐਜੂਕੇਸ਼ਨ ਤੇ ਬੋਲਦੇ ਰਹਿੰਦੇ ਹੋ ਨਹੀਂ ਨਹੀਂ ਉਹਨਾਂ ਨੇ ਠੀਕ ਹੈ ਨਾ ਹੋਰ ਕੀ ਕਰ ਸਕਦੇ ਸੀ ਉਹ ਹਾਂ ਜਦੋਂ ਉਹਨਾਂ ਨੇ ਪਹਿਲਾਂ ਮੈਟ੍ਰਿਕ ਦਾ ਇਮਤਿਹਾਨ ਸੀਬੀਐਸਸੀ ਰਾਹੀਂ ਪੋਸਟਪੋਨ ਕਰਤਾ ਵੀ ਚਲੋ ਅਸੀਂ ਪ੍ਰੈਸ 2 ਤਾਂ ਦੇਖ ਲੈਨੇ ਆ ਦੇਖਣ ਦਾ ਇਹ ਸੀ ਵੀ ਵੇਵ ਕਿੱਧਰ ਨੂੰ ਜਾਂਦੀ ਹੈ ਦੇਖੋ ਇੱਕ ਗੱਲ ਤਾਂ ਫੈਕਟ ਹੈ ਕਿ ਕਰੋਨਾ ਦੀ ਵੇਵ ਕਿੰਨੀ ਤੇਜ਼ ਹੋ ਕਿੰਨੀ ਹੌਲੀ ਹੋਊ ਇਹ ਦੁਨੀਆ 'ਚ ਪ੍ਰੈਡਿਕਟ ਕਰਨਾ ਬਹੁਤ ਔਖਾ ਹੈ ਡੇ ਟੂ ਡੇ ਪ੍ਰੈਡਿਕਸ਼ਨ ਤੁਸੀਂ ਫਿਰ ਕਰ ਸਕਦੇ ਹੋ ਹਾਲਾਂਕਿ ਮੈਂ ਇੱਕ ਵਾਰੀ ਕਿਹਾ ਸੀ ਮੈਨੂੰ ਕਿਸੇ ਦਾ ਆਇਆ ਕਿ ਜਾਇਆ ਨਾ ਕਿ 15 ਮਈ ਤੋਂ ਬਾਅਦ ਤੁਸੀਂ ਦੇਖੋ ਇਹਨੇ ਆਪੇ ਸੈਟਲ ਹੋ ਜਾਣਾ ਔਰ 15 ਮਈ ਤੋਂ ਬਾਅਦ ਘਟ ਗਈ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਬਹੁਤ ਵੱਡਾ ਭਵਿੱਖਬਾਣੀ ਕਰਨ ਵਾਲਾ ਬਣ ਗਿਆ ਉਹ ਅੰਦਾਜ਼ਾ ਸੀ ਇੱਕ ਪਰ ਅੰਦਾਜ਼ੇ ਕਦੇ-ਕਦੇ ਬਹੁਤ ਜ਼ਿਆਦਾ ਗਲਤ ਹੋ ਜਾਂਦੇ ਨੇ ਇਧਰ-ਉਧਰ ਮਿਲ ਜਾਂਦੇ ਹੁੰਦੇ ਨੇ ਖਾਸ ਕਰਕੇ ਕੋਵਿਡ ਵਰਗੀ ਸਿਚੁਏਸ਼ਨ 'ਚ ਜਿਹਦੇ ਬਾਰੇ ਬੜਾ ਅਨਪ੍ਰੇਡਿਕਟਿਵ ਹੈ ਯਾਨੀ ਕਿ ਉਹਦੇ ਬਾਰੇ ਕੁਝ ਕਹਿਣਾ ਪਹਿਲਾਂ ਪੇਸ਼ੂਨ ਕੋਈ ਕਰਨੀ ਬਹੁਤ ਔਖੀ ਹੁੰਦੀ ਆ ਹੁਣ ਉਹਨਾਂ ਨੇ ਉਹ ਪਲੱਸ 2 ਦਾ ਪਲੱਸ 2 ਦੇ ਇਮਤਿਹਾਨ ਦੇ ਉੱਤੇ ਸਾਰੀਆਂ ਸੀਐਮਜ਼ ਨੂੰ ਬੁਲਾ ਕੇ ਐਜੂਕੇਸ਼ਨ ਮਿਨਿਸਟਰ ਨਾਲ ਰਾਏ ਰੂ ਕਰਕੇ ਜੋ ਵੀ ਉਹਨਾਂ ਨੇ ਫੈਸਲਾ ਲੈਣਾ ਹਰ ਇੱਕ ਨੇ ਆਪਣੀ ਰਾਏ ਦੱਸੀ ਕਿਉਂਕਿ ਫੈਸਲਾ ਤਾਂ મોદી ਸਾਹਿਬ ਨੇ ਸੁਣਾਉਣਾ મોદી ਸਾਹਿਬ ਨੇ ਸੁਣਾਉਣ ਵਾਸਤੇ ਆਪਦੇ ਕੋਲ ਲੈ ਲਿਆ ਤੇ ਉਹ ਤਾਂ ਇੱਕ ਬਹਾਨਾ ਹੈ ਜਦ ਤੁਸੀਂ ਬਹਾਨਾ ਕਰਕੇ ਮੈਂ ਜਿਹੜੀ ਗੱਲ ਕਹਣਾ ਫੋਕਸ ਕਰਦਾ ਮੈਂ ਕਦੇ-ਕਦੇ ਮੰਤਰੀ ਜੀ ਜਾਂਦੀ ਬਿਜਾਇ ਦੋ ਗੱਲਾਂ ਸਾਨੂੰ ਬੜੇ ਧਿਆਨ ਨਾਲ ਦੇਖਣੇ ਲੋੜ ਨੇ ਨਹੀਂ ਅਸੀਂ ਸ਼ਾਇਦ ਉਸ ਈਕੇ ਨਾਲ ਦੇਸ਼ ਦੀ ਇਸ ਪੋਲਿਟਿਕਸ ਨੂੰ ਨਹੀਂ ਸਮਝਾਂਗੇ ਬੀਜੇਪੀ ਨੂੰ ਵੀ મોદી ਸਾਹਿਬ ਦੀ ਇੱਕ ਮੋਦੀ ਸਾਹਿਬ ਸਿਰਫ ਸ਼ਾਹ ਜੀ ਨੂੰ ਨਾਮ ਰੱਖ ਕੇ ਕਿਉਂਕਿ ਉਹਨਾਂ ਦੇ ਆਪ ਦੇ ਉੱਤੇ ਉਹਨਾਂ ਨੂੰ ਪਤਾ ਹੈ ਸ਼ਾਹ ਜੀ ਉਹਦਾ ਉਸ ਤਰ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਹਾਲਾਂਕਿ ਕਈਆਂ ਨੇ ਕੋਸ਼ਿਸ਼ ਕੀਤੀ ਸੀ ਕਿਸੇ ਦਾ ਵਕਤ ਕਦੇ ਤਾਂ ਸ਼ਾਹ ਜੀ ਨੂੰ ਵੀ ਪਾਉਤੀ ਹੋ ਰਹੇ ਨੇ ਕਦੇ ਉਹਨਾਂ ਨੂੰ ਵੀ ਇਹ ਤਾਂ ਮੋਦੀ ਸਾਹਿਬ ਦੀ ਜਗ੍ਹਾ ਲੈਣਗੇ ਪਰ ਉਹ ਗੱਲ ਇਹਨਾਂ ਦੀ ਜਿਹੜੇ ਇਹ ਹੋ ਜਾ ਕਰਨ ਵਾਲੀ ਸੀ ਨਾ ਚਦ ਫੇਰ ਪਾਉਣ ਵਾਲੇ ਨਹੀਂ ਸਫਲ ਹੋਏ ਉਹਨਾਂ ਦੇ ਆਪ ਦੇ ਰੀਜ਼ਨ ਨੇ ਉਸ ਤੇ ਅੱਪਾ ਨਹੀਂ ਜਾਵਾਂਗੇ ਅੱਜ ਮੋਦੀ ਸਾਹਿਬ ਤੇ ਸ਼ਾਹ ਜੀ ਕੋਈ ਬੰਦੇ ਨੂੰ ਜਿਹਦਾ ਮਾੜਾ ਮੋਟਾ ਕੱਦ-ਬੁੱਤ ਹੋਵੇ ਇਹ ਜਿਹੜਾ ਕੋਈ ਸੋਚ ਸਕਦਾ ਹੋਵੇ ਉਹਨੂੰ ਨਹੀਂ ਰੱਖਣਾ ਚਾਹੁੰਦੇ ਉਹ ਉਹਨਾਂ ਨੂੰ ਰੱਖਣਾ ਚਾਹੁੰਦੇ ਨੇ ਜਿਹੜੇ ਪਿਗਮੀ ਹੋਣ ਉਹਨਾਂ ਨੇ ਪਹਿਲਾਂ ਆਪਣੀ ਪਾਰਟੀ 'ਚ ਇਦਾਂ ਹੀ ਕਰਿਆ ਇਹ ਮਨਿਸਟਰੀ 'ਚ ਇਦਾਂ ਹੀ ਕਰਿਆ ਉਹ ਆਪੋਜੀਸ਼ਨ ਨਾਲ ਵੀ ਇਦਾਂ ਹੀ ਕਰ ਰਹੇ ਨੇ ਆਪੋਜੀਸ਼ਨ ਦੇ ਸੂਬੇ ਨਾਲ ਵੀ ਇਦਾਂ ਹੀ ਕਰ ਰਹੇ ਨੇ ਸੋਰੀਆ ਸਾਰੀਆਂ ਤਾਕਤਾਂ ਦਾ ਉਹ ਕੇਂਦਰੀਕਰਨ ਆਪਦੇ ਇੰਡੀਵਿਜੂਅਲ ਕੋਲ ਕਰ ਰਖਦੇ ਨੇ ਆਪਦੇ ਹੀ ਸਭ ਹੀ ਬਣਾ ਰਹੇ ਨੇ ਬਾਈ ਨੇ ਸਾਰੀਆਂ ਸਕੀਮਾਂ ਬਦਲ ਸਹੀ ਕਰ ਸੋ ਇਹ ਗੱਲ ਸਾਨੂੰ ਸਮਝਣੀ ਪੈਗੀ ਦੇਸ਼ ਦੀ ਸਿਆਸਤ ਜਿਹੜੀ ਉਹ ਇੱਕ ਬੰਦੇ ਦੇ ਹੱਥ 'ਚ ਜਾ ਰਹੀ ਹੈ ਜਾਂ ਦੋ ਬੰਦਿਆਂ ਦੇ ਇਹ ਮਾੜੀ ਗੱਲ ਹੈ ਤੁਸੀਂ ਦੂਜੇ ਪੱਖ ਜਿਹੜਾ ਮੈਂ ਕਹਿਣਾ ਚਾਹੁੰਦਾ ਤੁਸੀਂ ਬੜਾ ਪੁਆਇੰਟ ਫੋਕਸ ਕਰਤਾ ਡਟ ਕਰਕੇ ਇਹ ਫੈਸਲੇ ਇੱਕ ਮਿੰਟ ਬਸ ਇੱਕ ਲਾਈਨ ਹਾਂ ਫੈਸਲੇ ਆਪ ਲੈ ਕੇ ਜ਼ਿੰਮੇਵਾਰੀ ਦੂਜੇ 'ਚ ਸੁੱਟਣੀ ਜੇ ਫੇਲ ਹੋ ਜਾਓ ਜੇ ਪਾਸ ਹੋ ਜਿਓ ਫਿਰ ਆਉਂਦੀ ਇਹ ਆ ਦੋ ਗੱਲਾਂ ਮਾਰ ਗਿਆ ਤੁਸੀਂ ਬੜਾ ਫੋਕਸ ਕਰਤਾ ਸਾਰਾ ਮੁੱਦਾ ਡਟ ਕਰਕੇ ਸਰ ਸਵਾਲ ਇਹ ਹੈ ਕਿ ਜਿਵੇਂ ਰਾਜਨਾਥ ਸਿੰਘ ਹਰੀ ਆ ਬੜੇ ਸੀਨੀਅਰ ਬੀਜੇਪੀ ਲੀਡਰ ਹੈ ਸੀਨੀਅਰ ਮੰਤਰੀ ਨੇ ਉਹ ਨਿਤਨ ਗੜਕੀ ਦਾ ਤੁਸੀਂ ਜ਼ਿਕਰ ਕੀਤਾ ਹੈ ਸਰ ਇਹਨਾਂ ਇਹਨਾਂ ਨੂੰ ਕਿਉਂ ਨਹੀਂ ਟੱਚ ਕੀਤਾ ਗਿਆ ਉਹਦਾ ਉਹਦਾ ਫਿਰ ਤੁਸੀਂ ਕੀ ਕਾਰਨ ਮੰਨਦੇ ਹੋ ਸਰ ਉਹਦਾ ਕਾਰਨ ਹੈ ਆਰਐਸਐਸ ਹਾਂ ਆਰਐਸਐਸ ਦੇ ਵਿੱਚ ਰਾਜਨਾ ਸਿੰਘ ਹੀ ਰਾਜਨਾ ਸਿੰਘ ਹੀ ਪਾਰਟੀ ਦੇ ਪ੍ਰਧਾਨ ਵੀ ਰਹੇ ਨੇ ਗੱਡਕੜੀ ਵੀ ਰਹੇ ਨੇ ਤੇ ਆਰਐਸਐਸ ਦੇ ਵਿੱਚ ਉਹਨਾਂ ਦਾ ਜੋੜ ਵੀ ਹੈ ਕਿ ਇਸ ਕਰਕੇ ਆਰਐਸਐਸ ਨੂੰ ਟੋਟਲਾਈਜ਼ ਕਰਨਾ ਮੁਸ਼ਕਲ ਹੈ ਇਹਨਾਂ ਵਾਸਤੇ ਅਜੋਗੀ ਨਾਲ ਕਿਉਂ ਸਮਝਾ ਦਿੱਤਾ ਗਿਆ ਉਹ ਵੀ ਉਸੇ ਚ ਹੀ ਕਰਿਆ ਆਪਾਂ ਇਹ ਨਾ ਸਮਝੀ ਉਹ ਇੱਕ ਸਮਝੋਤਾ ਇੱਕ ਟੈਂਪਰੇਰੀ ਟੋਰਟ ਹੈ ਹਾਲਾਂਕਿ ਉਹ ਵੀ ਆਏ ਨਹੀਂ ਹੈ ਤੁਸੀਂ ਦੇਖੋਗੇ ਹੁਣ ਵੀ ਰਾਜਨਾਥਾਂ ਤੋਂ ਕੰਮ ਛੋੜਾ ਕਰਨ ਦਾ ਚੱਲ ਰਿਹਾ ਜਾਂ ਕਹੋ ਕੰਮ ਕਰਿਆ ਉਹ ਤਾਂ ਮੋਦੀ ਸਾਹਿਬ ਹੀ ਫੈਸਲਾ ਕਰਦੇ ਨੇ ਜੋ ਵੀ ਕਰਦੇ ਨੇ ਰਫੇਰ ਦਾ ਡੀਲ ਕੋਈ ਰਾਜਨਾਥਾਂ ਤੋਂ ਛੋੜੇ ਉਹ ਤਾਂ ਮੋਦੀ ਸਾਹਿਬ ਨਹੀਂ ਕਰੇ ਜੋ ਵੀ ਕਰੇ ਸੋ ਇਸ ਕਰਕੇ ਜਦ ਅਸੀਂ ਇਸ ਗੱਲ ਨੂੰ ਦੇਖਦੇ ਹਾਂ ਹੁਣ ਤੁਸੀਂ ਦੂਜੇ ਪਾਸੇ ਨਾਲੋ ਜੇ ਆਪਾਂ ਐਫੀਸ਼ੀਐਂਸੀ ਦੀ ਗੱਲ ਕਰਦੇ ਆਂ ਐਫੀਸ਼ੀਐਂਸੀ ਟੋਮਰ ਸਾਹਿਬ ਦੀ ਕਿਹੜੀ ਹੈ ਬਈ ਇੱਕ ਦਾ ਵੱਡਾ ਕਿਸਾਨ ਅੰਦੋਲਨ ਚੱਲੀ ਜਾ ਰਿਹਾ ਹੈ ਉਹ ਸਦਨ ਚ ਬਿਆਨ ਉਹ ਹੀ ਜੇ ਦੇਈ ਜਾ ਰਹੇ ਨੇ ਜਿਹੜੇ ਰੋਜ਼ ਹੀ ਕਿਰਕਰੀ ਹੋ ਰਹੀ ਹੈ ਰੋਜ਼ ਕੁਛ ਨਾ ਕੁਛ ਕਹਿੰਦੇ ਨੇ ਉਹ ਚ ਉਹਨਾਂ ਦੀ ਇਨਸਲਟ ਹੋ ਰਹੀ ਹੈ ਉਹ ਅਖਬਾਰਾਂ ਦੇ ਵਿੱਚ ਉਹਨਾਂ ਨੇ ਇਸ਼ਤਿਹਾਰ ਐਨੇ ਪੈਸੇ ਲਾ ਕੇ ਦਿੱਤੇ ਉਹ ਐਨੇ ਕਾਊਂਟਰ ਹੋ ਗਈ ਜਿਹਦਾ ਹਿਸਾਬ ਹੀ ਕੋਈ ਨਹੀਂ ਕੱਲੇ ਕੱਲੇ ਬਿਲ ਦੀ ਕੱਢਿ ਕੱਢੀ ਕਲਾਸ ਦੇ ਉੱਤੇ ਉਹ ਆਈਸੋਲੇਟ ਹੋਏ ਹੋਏ ਨੇ ਪਰ ਉਹ ਫੇਰ ਵੀ ਉਹੀ ਨੇ ਉਹਦੇ ਜੋ ਕਰ ਰਹੇ ਨੇ ਇੱਕ ਤਾਂ ਉਹ ਜਿਹੜਾ ਤੋਮਰ ਸਾਹਿਬ ਨੇ ਉਹਨਾਂ ਨੂੰ ਪਤਾ ਵੀ ਆਪਦੀ ਕਾਂਟੀਚੁਐਂਸੀ ਦੇ ਵਿੱਚ ਵੀ ਗਏ ਤਾਂ ਉਹਨਾਂ ਨੇ ਲੋਕਾਂ ਨੇ ਘਰੋਂ ਕਰ ਦਿਆ ਉਹਦਾ ਇਹ ਤਾਂ ਅਪੇਸਾ ਲੋ ਲੋ ਨਾ ਉਹ ਪੰਜਾਬਸੀ ਨਾ ਉਹ ਹਰਿਆਣਾਸੀ ਨਾ ਜੂਪੀ ਸੀ ਇੱਕ ਤਾਂ ਇਹ ਆਪਾਂ ਨੂੰ ਸਮਝਾ ਦੇਣੀ ਚਾਹੀਦੀ ਹੈ ਦੂਜੀ ਗੱਲ ਇਹ ਹੈ ਵੀ ਜੋ ਮੋਦੀ ਸਾਹਿਬ ਕਹਿੰਦੇ ਨੇ ਉਹ ਹੀ ਕਰਦਾ ਉਹ ਹੀ ਬੋਡੀ ਬੋਲਣੀ ਹੈ ਉਹ ਬਾਰ ਬਾਰ ਬੋਡੀਪੁਰਨੀ ਹੈ ਤੀਜਾ ਸੰਦੇਸ਼ ਇਹ ਵੀ ਦੇਣਾ ਸੀ ਕਿਸਾਨਾਂ ਨੂੰ ਵੀ ਮੈਂ ਤੋਂ ਮਰਜੀਨ ਬੜਾ ਕਹਿ ਦੱਸ ਰਿਹਾ ਤੁਹਾਨੂੰ ਵੀ ਅਸੀਂ ਬਿਲਕੁਲ ਨਹੀਂ ਵਾਪਸ ਲੈਣੇ ਤੇ ਕਿ ਤੋਂ ਮਰ ਤੋਂ ਬਿਆਨ ਦਵਾਏ ਜਾ ਰਹੇ ਨੇ ਜੀ ਰੋਜ਼ ਜਿੱਦਾਂ ਜੀ ਸਾਹਿਬ ਸੈਨੇ ਹੋਏ ਉਹਦੇ ਫੇਟੋ ਜਾਨਗੇ ਸੋ ਇਸ ਕਰਕੇ ਇੱਕ ਖਾਸ ਕਿਸਮ ਦਾ ਸੰਦੇਸ਼ ਵੀ ਮੈਂ ਆ ਕਰਨਾ ਡੁਕੰ ਜਦ ਦੇਸ਼ ਦੇ ਵਿੱਚ ਇਹ ਹੋ ਜੇ ਵੀ ਪ੍ਰਧਾਨ ਮੰਤਰੀ ਜੋ ਮਰਜੀ ਕਰ ਸਕਦਾ ਹੈ ਨਾ ਇਹ ਦੇਸ਼ ਵਾਸਤੇ ਨੁਕਸਾਨਦਾਇਕ ਹੈ ਅੱਜ ਦੇਸ਼ ਦੀ ਕੁਰੇ ਕੁਰੇ ਹੋਈ ਪਈ ਹੈ ਤੁਸੀਂ ਦੇਖੋ ਸਟੇਨ ਸਵਾਮੀ ਦੀ ਡੈਥ ਹੋਈ ਹੈ ਪੂਰੇ ਦੁਨੀਆ ਦੇ ਵਿੱਚ ਦੇਸ਼ ਦੀ ਬੇਇੱਜ਼ਤੀ ਹੋਈ ਹੈ ਵੀ ਤੁਸੀਂ ਮਤਲਬ ਜਵਾਨੀ ਖੋਲ ਨਹੀਂ ਦਿੰਦੇ ਤੁਸੀਂ ਤਾਂ ਬੋਲਣ ਨਹੀਂ ਦਿੰਦੇ ਤੁਸੀਂ ਇੱਕ شریف ਆਦਮੀ ਜਿਹੜਾ ਆਦੀਵਾਸੀਆਂ ਦਾ ਜਿਹੜਾ ਦੁਖੀ ਬੰਦਿਆਂ ਦੀ ਹੈਲਪ ਕਰ ਰਿਹਾ ਹੁਣ ਤਾਂ ਉਹਦੇ ਵਿੱਚ ਉਹ ਵੀ ਆ ਗਿਆ ਕਿ ਉਹਦੇ ਵਿੱਚ ਉਹ ਹੈਕ ਕਰਕੇ ਉਹਦੇ ਵਿੱਚ ਪਾਇਆ ਗਿਆ ਸੀ ਜੋ ਚਾਹੀਦੇ ਖਲਾਫ ਸਟੇਨ ਸਵਾਮੀ ਹੋਰਾਂ ਦੇ ਉਹਨਾਂ ਦੇ ਲੈਪਟਾਪ ਚੋਂ ਕਹਿੰਦੇ ਨੇ ਸਾਨੂੰ ਲੱਭਿਆ ਸੋ ਜੇ ਤੁਸੀਂ ਆਈਟੀ ਦੇ ਇਹ ਜਿਹੇ ਤੋਹ ਤਰੀਕੇ ਵਰਤ ਕੇ ਉਹ ਪ੍ਰਧਾਨ ਮੰਤਰੀ ਦੀ ਸਹਿਮਤੀ ਤੋਂ ਬਿਨਾ ਨਹੀਂ ਹੋ ਸਕਦੀ ਆ ਇਹ ਕੰਮ ਕਿਉਂਕਿ ਉਹਨਾਂ ਨੂੰ ਬਿਲੰਤੇ ਪਤਾ ਵੀ ਨਹੀਂ ਹੁੰਦਾ ਇਹ ਠੀਕ ਹੈ ਹੋਰ ਕਹੇ ਨਹੀਂ ਜਾਂ ਨਾ ਕਹੇ ਨਾ ਜਿੰਨੇ ਫੈਸਲੇ ਹੋਏ ਨੇ ਨਿੱਕੇ ਤੋਂ ਨਿੱਕੇ ਫੈਸਲੇ 'ਚ ਉਹ ਦਖਲਅੰਦਾਜ਼ੀ ਕਰਦੇ ਨੇ ਵੀ ਆਪ ਲੈਂਦੇ ਹੁਣ ਤੁਸੀਂ ਦੇਖੋ ਫਿਰ ਮੈਂ ਦੁਬਾਰਾ ਜਮਾਂਗਾ ਜਿੰਨੀਆਂ ਪਿੱਛੇ ਬਰੀਫਿੰਗ ਹੋਈਆਂ ਨੇ ਕੋਵਿਡ ਵਾਰੀ ਉਹਦੇ ਜਾਂ ਸੈਕਟਰੀ ਕਰਦਾ ਰਿਹਾ ਕਿ ਜਾਂ ਇਹਨਾਂ ਦੇ ਇੱਕ ਵਾਰੀ ਨੀਤੀਯੋਗ ਦੇ ਜਿਹੜੇ ਪਾਲ ਨੇ ਉਹਨਾਂ ਨੇ ਕਰਿਆ ਕਿ ਹਰਸ਼ਵੰਧਨ ਨੇ ਤਾਂ ਕਦੇ ਬਰੀਫਿੰਗ ਹੀ ਨਹੀਂ ਕੀਤੀ ਜਦ ਕਿ ਪ੍ਰੋਟੋਕੋਲ ਇਹ ਕਹਿੰਦੀ ਹੈ ਕਿ ਜਿਹੜੇ ਮੰਤਰਾਲੇ ਦਾ ਕੰਮ ਉਹਦੇ ਮੁਖੀ ਨੇ ਯਾਨੀ ਕਿ ਸਟੇਟ ਦੇ ਵਿੱਚ ਸੀਐਮ ਨੇ ਤੇ ਕੇਂਦਰ ਦੇ ਵਿੱਚ ਪੀਐਮ ਨੇ ਸੁਣਨਾ ਹੋਵੇ ਜੇ ਪੀਐਮ ਸਾਹਿਬ ਨੇ ਤਾਂ ਉਹ ਮੰਤਰਾਡੇ ਦੇ ਸਕੱਤਰ ਵਗੈਰਾ ਤਾਂ ਸਹਾਇਤਾ ਵਾਸਤੇ ਹੁੰਦੇ ਨੇ ਬਰੀਫਿੰਗ ਸਿੱਧੀ ਜਿਹੜੀ ਕਰਦਾ ਡਾਇਰੈਕਟ ਉਹ ਮੰਤਰੀ ਕਰਦਾ ਇੱਥੇ ਮੰਤਰੀ ਦਾ ਨਹੀਂ ਇਹ ਤਾਂ ਪਤਾ ਲੱਗਦਾ ਵੀ ਗੱਲ ਕਿੱਥੋਂ ਜਾ ਰਹੀ ਹੈ ਡਟਕਰ ਜਿਹੜੀ ਗੱਲ ਤੁਸੀਂ ਵਾਰ-ਵਾਰ ਕਹਿ ਰਹੇ ਹੋ ਮੈਂ ਪਿੱਛੇ ਜੇ ਕੇਸੀ ਸਿੰਘ ਖਰ ਦਾ ਇੰਟਰਵਿਊ ਕੀਤਾ ਹੈ ਫਾਰਮਾ ਵੈਸਟਰ ਆ ਸ਼ਾਇਦ ਤੁਸੀਂ ਸੁਣਿਆ ਵੀ ਹੋਵੇ ਉਹਨਾਂ ਨੇ ਇੱਕ ਬੜੀ ਮਹੱਤਵਪੂਰਨ ਗੱਲ ਕਹੀ ਸੀ ਕਿ ਜਿਹੜੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਬਣਦੇ ਆ ਉਹਨਾਂ ਦੇ ਕਾਰਜਕਾਲ ਉਹੋ ਜਿਹਾ ਵਧੀਆ ਨਹੀਂ ਹੁੰਦਾਗਾ ਜਿੰਨਾ ਹੋਣਾ ਚਾਹੀਦਾ ਜਿਹੜੇ ਸਿੱਧੇ ਪ੍ਰਧਾਨ ਮੰਤਰੀ ਬੰਦੇ ਆ ਤੁਸੀਂ ਇਤفاق ਰੱਖਦੇ ਹੋ ਇਸ ਗੱਲ ਨਾਲ ਕਿਉਂਕਿ ਮਿਸਟਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਰਹੇ ਬੜੇ ਸਾਲ ਕੁਝ ਹੱਦ ਤੱਕ ਇਹ ਗੱਲ ਠੀਕ ਹੈ ਉਹਦੇ ਵਿੱਚ ਪ੍ਰਧਾਨ ਮੰਤਰੀ ਵੀ ਨਹੀਂ ਕਿ ਰਾਸ਼ਟਰਪਤੀ ਵੀ ਬਣ ਜਾਣ ਕਿਉਂਕਿ ਜਿਹੜੇ ਮੁੱਖ ਮੰਤਰੀ ਨੇ ਉਹ ਜ਼ਿਆਦਾ ਖੁੰਧਕਾਂ ਦੀ ਪ੍ਰੈਕਟਿਸ ਜਿਹੜੀ ਸਟੇਟਾਂ ਚ ਅੰਦਰ ਚ ਕਰਦੇ ਰਹੇ ਨੇ ਉੱਥੇ ਜੋਰ ਤੋੜ ਜ਼ਿਆਦਾ ਕਰਦੇ ਨੇ ਉਹ ਉੱਤੇ ਜ਼ਿਆਦਾ ਤੇ ਕੇਂਦਰ ਜਿਹੜਾ ਉਹ ਜ਼ਿਆਦਾ ਰਿਲੇਟਿਵਲੀ ਨਿਊਟਰਲ ਟਾਈਪ ਕੰਮ ਕਰਕੇ ਰਾਜੀ ਸੀਗਾ ਇਹ ਭਾਰਤ ਦਾ ਇੱਕ ਰਿਹਾ ਪਰ ਜਿੱਦੇ ਕੋਈ ਜਿਹੜਾ ਸੂਬਿਆਂ ਦਾ ਮੁੱਖ ਮੰਤਰੀ ਹੈ ਉਹ ਜੇ ਚਾਹੇ ਰਾਸ਼ਟਰਪਤੀ ਬਣ ਜੇ ਚਾਹੇ ਉਹ ਪ੍ਰਾਈਮ ਮਿਨਿਸਟਰ ਬਣ ਜੇ ਉਹ ਕਹਿੰਦੇ ਆਦਤਾਂ ਵੱਧੜੀਆਂ ਸਾਜੜੀਆਂ ਨੇਵਨ ਸਿਰਾਂ ਦੇ ਨਾਲ ਉਹ ਜਿਹੜੀਆਂ ਆਦਤਾਂ ਨੇ ਵਰਸ਼ਾਂ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਉਹ ਜਿਹੜੀਆਂ ਆਦਤਾਂ ਨੇ ਇੱਕ ਤਾਂ ਉਹ ਨਾਲ ਜ਼ਰੂਰ ਜਾਂਦੀਆਂ ਨੇ ਕਿਉਂਕਿ ਬੰਦੇ ਨੇ ਜਿਹੇ ਜੀ ਟ੍ਰੇਨਿੰਗ ਹੁੰਦੀ ਹੈ ਉਹੋ ਜਿਹੇ ਕੰਮ ਕਰਦਾ ਨਾ ਉਹ ਟ੍ਰੇਨਿੰਗ ਉਹ ਐਜ਼ ਮੁੱਖ ਮੰਤਰੀ ਜਿਹੜਾ 15 ਸਾਲ ਮੁੱਖ ਮੰਤ ਉਹੀ ਉੱਥੇ ਕੰਮ ਕਰਨ ਦੇ ਤਾਂ ਤਰੀਕੇ ਉਹੀ ਜੀ ਰਹੇ ਉਹਦੇ ਵਿੱਚੋਂ ਹੀ ਨਿਕਲਿਆ ਵੀ ਇਹ 2002 ਚ ਉੱਥੇ ਕਤਲੇਆਮ ਹੋਇਆ ਸੀ ਆ ਦਿੱਲੀ ਚ ਜਿਹੜਾ ਸ਼ਹੀਨ ਬਾਗ ਦਾ ਹੋਇਆ ਜਿਸ ਬੰਦੇ ਨੇ ਕਿਹਾ ਸੀ ਦੇਸ਼ ਦੇ ਗद्दारों ਨੂੰ ਗੋਲੀ ਮਾਰੋ ਸાળੋਂ ਨੂੰ ਉਹਨੂੰ ਤਾਂ ਅਪਗ੍ਰੇਡ ਕਰਤਾ ਉਹਨੂੰ ਤਾਂ ਰੂਰਲ ਡਿਵੈਲਪਮੈਂਟ ਦਾ ਮਹਿਕਮਾ ਦੇਤਾ ਸ਼ੁਭ ਤੁਸੀਂ ਇੱਕ ਗੱਲ ਇਹ ਗੱਲ ਸਮਝਣ ਦੀ ਲੋੜ ਹੈ ਵੀ ਸੰਦੇਸ਼ ਕੀ ਦਿੱਤੇ ਨੇ ਜਿਹੜੇ ਜਿਹੜੇ ਬੰਦੇ ਆਰਕ ਕਮਿਊਨਲਿਸਟ ਨੇ ਉਹਨਾਂ ਨੂੰ ਉੱਚਾ ਚੁੱਕਿਆ ਜਿਹੜੇ ਰੈਲੇਟਿਵਲੀ ਉਹਨੇ ਕਮਿਊਨਲਿਸਟ ਨਹੀਂ ਪਾਰਟੀ ਦੀ ਹੱਕ ਗੱਲ ਕਰਦੇ ਨੇ ਆਰਐਸਐਸ ਦੀ ਗੱਲ ਕਰਦੇ ਨੇ ਬੀਜੇਪੀ ਦੀ ਗੱਲ ਕਰਦੇ ਨੇ ਆਪਦਾ ਮੰਟਰਾਲਾ ਚਲਾਉਂਦੇ ਨੇ ਪਰ ਉਹਨੇ ਰੈਪਿਡ ਕਮਿਊਨਲਿਸਟ ਨਹੀਂ ਹੈਗੇ ਨਹੀਂ ਉਹਨਾਂ ਨੂੰ ਪਾਸ ਕਰੇਗੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਰਾਗ ਠਾਕਰ ਹਰਾਂ ਦਾ ਵੀ ਕਦ ਵਧਾਇਆ ਗਿਆ ਉਹਨਾਂ ਨੂੰ ਪ੍ਰੈਜ਼ੈਂਟ ਇਹ ਕੀਤਾ ਗਿਆ ਕਿ ਯੂਥ ਨੇ ਉਹ ਸਪੋਰਟਸ ਨੂੰ ਚੰਗਾ ਦੇਖ ਰਣਗੇ ਸਪੋਰਟਸ ਦੇ ਨਾਲ ਜੁੜੇ ਰਹੇ ਆ ਉਹ ਨਾ ਉਹ ਤਾਂ ਪ੍ਰੋਜੈਕਟ ਕਰਨਾ ਹੀ ਹੈ ਜਦ ਤੁਸੀਂ ਕਿਸੇ ਬੰਦੇ ਨੂੰ ਜਿਹੜਾ ਆਪਦੇ ਬੰਦੇ ਨੂੰ ਪ੍ਰਜਾ ਕਹਿੰਦੇ ਵੀ ਜੇ ਗਰੀਬ ਦੀ ਝੋਟੀ ਮਰ ਜੇ ਤਾਂ ਤਾਂ ਕਹਿੰਦੇ ਉਜਾੜਾ ਕਰਦੀ ਸੀ ਤੇ ਅਮੀਰ ਦਾ ਕੱਟਾ ਮਰ ਜੇ ਕਹਿੰਦੇ ਤਾਂ ਪੰਚ ਕ ਲੈਣਾ ਸੀ ਜਿਹੜਾ ਤੁਸੀਂ ਆਪਦੇ ਆਪ ਨੂੰ ਆਪਦਾ ਚਹੇਤਾ ਬਣਾ ਲਿਆ ਬਲੂ ਆਈਡ ਬੋਏ ਉਹਦੀ ਤਾਂ ਹਰੇਕ ਗੱਲ ਹੀ ਠੀਕ ਆ ਉਹਦੇ ਤਾਂ ਕਮਲੀਆਂ ਵੀ ਠੀਕ ਹੋਣਗੇ ਆ ਉਹਦੇ ਵਾਸਤੇ ਤੁਸੀਂ ਕੋਈ ਬਹਾਨਾ ਵੀ ਲੱਭ ਲੋਗੇ ਜਿਹੜਾ ਬੰਦਾ ਉਹ ਯੂਥ ਦਾ ਨੇਤਾ ਹੋਵੇ ਉਹ ਕਿਸੇ ਦਾ ਹੋਵੇ ਜਿਹੜਾ ਬੰਦਾ ਇਹ ਕਹਿੰਦਾ ਬਿਨਾਂ ਕਿਸੇ ਦੇ ਡਿਫਾਈਨ ਕਰੇ ਵੀ ਦੇਸ਼ ਦਾ ਗਵਰਨਰ ਹੈ ਕੌਣ ਦੇਸ਼ ਦੇ ਗਦਾਰਾਂ ਕੋ ਗੋਲੀ ਮਾਰਨ ਵਾਲੋਂ ਕੋ ਜਿਹਦਾ ਮਤਲਬ ਇਹ ਹੋਵੇ ਵੀ ਮੁਸਲਮਾਨਾਂ ਨੂੰ ਮਾਰਨਾ ਹੈ ਜਿਹਦਾ ਮਤਲਬ ਹੋਵੇ ਜੇ ਕਿਸਾਨ ਐਜੀਟੇਸ਼ਨ ਕਰਦੇ ਨੇ ਉੱਥੇ ਵੀ ਉਹ ਨਾਰਾ ਲੱਗਦਾ ਉਸੇ ਦਾ ਦਿੱਤਾ ਹੋਇਆ ਨਾਰਾ ਆਵੇਂ ਖੁਦ ਨਹੀਂ ਲਾ ਰਿਆ ਉਹਦਾ ਕੋਈ ਐਮਐਲਏ ਲਾ ਰਿਆ ਕਿ ਜੇ ਉਹ ਨਾਰਾ ਪਪੂਲਰ ਹੋ ਕੇ ਇੱਕ ਬੰਦਾ ਗੋਪਾਲ ਜਾ ਕੇ ਉੱਥੇ ਗੋਲੀ ਚਲਾ ਦਿੰਦਾ ਹੈ ਭਾਵੇਂ ਕਿ ਉਹ ਤੋਂ ਨਵਾਬਕਸੀ ਹੁਣ ਉਹ ਬਾਦਲ ਗਿਆ ਫਿਰ ਉਹ ਹਰਿਆਣੇ ਚ ਜਾ ਕੇ ਯੂਪੀ ਜਾ ਕੇ ਤੰਨ ਬਚਾਉਂਦਾ ਹੈ ਫਿਰ ਇਹ ਦੇਸ਼ ਵਾਸਤੇ ਚੰਗਾ ਨਹੀਂ ਹੈ ਇਹ ਦੇਸ਼ ਵਾਸਤੇ ਮੁੜ ਕੇ 47 ਦੀ ਸਿਚੁਏਸ਼ਨ ਦੇਉਣ ਵਾਲੀ ਗੱਲ ਹੈ ਚਲੋ ਮੈਂ ਖੋਰ ਛੋੜਿਆ ਬ੍ਰੇਕ ਲਊਗਾ ਡਟ ਕਰਕੇ ਮੈਂ ਵਾਪਸ ਆਉਂਗਾ ਬ੍ਰੇਕ ਤੋਂ ਬਾਅਦ ਕਿ ਮੋਦੀ ਦੇ ਨਵੇਂ ਮੰਤਰੀ ਮੰਡਲ ਦੇ ਵਿੱਚ ਆਰਐਸਐਸ ਦਾ ਪ੍ਰਭਾਵ ਰਿਹਾ ਜੇ ਪ੍ਰਭਾਵ ਰਿਹਾ ਤੇ ਕਿੰਨਾ ਪ੍ਰਭਾਵ ਹੈ ਆਰਐਸਐਸ ਦਾ ਇਸ ਤੋਂ ਪਹਿਲਾਂ ਕਿੰਨਾ ਪ੍ਰਭਾਵ ਹੁੰਦਾ ਸੀ ਸਵਾਲ ਇਹ ਬੜਾ ਮਹੱਤਵਪੂਰਨ ਹੈ ਸਵਾਲ ਨੂੰ ਅਸੀਂ ਛੱਡਦੇ ਪਏ ਹਾਂ ਪਰ ਇਹ ਸਵਾਲ ਆਪਣੇ ਆਪ ਵਿੱਚ ਵੱਡਾ ਜਦੋਂ ਰਾਜਨਾਥ ਸਿੰਘ ਤੇ ਨਿਤਨ ਗੜਕਰੀ ਹਰ ਦਾ ਸਵਾਲ ਹੁੰਦਾ ਉਦੋਂ ਡਟ ਕਰਕੇ ਇਸ ਨੂੰ ਟੱਚ ਕਰਦੇ ਆ ਪਰ ਇਸ ਨੂੰ ਜ਼ਿਆਦਾ ਟੱਚ ਕਰਨਾ ਤੇ ਸਮੇਂ ਨਾਲ ਬਹੁਤ ਜ਼ਰੂਰੀ ਹੈ ਵਾਪਸ ਆ ਕੇ ਜ਼ਰੂਰ ਸਮਝਾਉਂਗਾ ਇੱਕ ਵਾਰ ਫਿਰ ਤੁਹਾਡਾ ਸਵਾਦ ਕਹਤਿਆਂ ਡਾਟਾ ਪਿਆ ਲਗਰਕ ਸਰਨਾ ਮੌਜੂਦ ਡਾਟਾ ਪਿਆ ਲਗਰਕ ਤੁਸੀਂ ਆਰਐਸਐਸ ਨੂੰ ਸਰ ਥੋੜਾ ਜਿਹਾ ਛੂਇਆ ਸੀਗਾ ਮੈਂ ਪੂਰਾ ਸਮਝਣਾ ਚਾਹੁੰਦਾ ਹਾਂ ਆਰਐਸਐਸ ਦਾ ਪ੍ਰਭਾਵ ਹੁਣ ਮੋਦੀ ਮੰਤਰੀ ਮੰਡਲ ਵਿੱਚ ਹੈਗਾ ਜਾਂ ਪਹਿਲਾਂ ਨਾਲੋਂ ਬਹੁਤ ਘਟ ਗਿਆ ਦੇਖੋ ਜਿੰਨਾ ਤੱਕ ਜੇ ਅਸੀਂ ਦੇਖੀਏ ਅਨਰਾਗ ਠਾਕਰ ਨੂੰ ਅਪਗ੍ਰੇਡ ਕਰਨ ਦਾ ਮਤਲਬ ਜਿਹੜਾ ਹੈ ਉਹ ਇਹ ਹੈ ਕਿ ਆਰਐਸਐਸ ਦਾ ਪ੍ਰਭਾਵ ਨਹੀਂ ਗਿਆ ਉਹਨਾਂ ਕਿਉਂਕਿ ਮੋਹਨ ਭਗਤ ਜੀ ਦੋ ਦਿਨ ਪਹਿਲਾਂ ਬਿਆਨ ਇਹ ਦੇ ਕੇ ਹਟੇ ਨੇ ਵੀ ਜਿਹੜਾ ਵੀ ਮੁਸਲਮਾਨਾਂ ਨੂੰ ਇਹ ਕਹਿੰਦਾ ਹੈ ਕਿ ਇਹ ਦੇਸ਼ ਦੇ ਨਹੀਂ ਹੈਗੇ ਆ ਨਹੀਂ ਹੈਗੇ ਉਹਨਾਂ ਨੂੰ ਘਿਰਨਾ ਕਰਦਾ ਹੈ ਫਲਾਣਾ ਕਰਦਾ ਹੈ ਕਿ ਉਹ ਹਿੰਦੂਸਤਾਨੀ ਨਹੀਂ ਹੋ ਸਕਦਾ ਤੇ ਉਹਦੇ ਉਲਟ ਜਿਹੜਾ ਬੰਦਾ ਕਹਿੰਦਾ ਗੋਲੀ ਮਾਰ ਦੋ ਉਹਨੂੰ ਅਪਗ੍ਰੇਡ ਕਰਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਜਿਵੇਂ ਜਿਹੜਾ ਨਿਤਨਗੜ ਕੀ ਹੈ ਉਹ ਤੋਂ ਇੱਕ ਮੰਤਰਾ ਲਾ ਲੈ ਲਿਆ ਜਾਂਦਾ ਹੈ ਐਮਐਸਐਮਈ ਸੋ ਉਹ ਜਿਹੜਾ ਪ੍ਰਭਾਵ ਉਹਨਾਂ ਨਹੀਂ ਰਿਹਾ ਔਰ ਮੈਨੂੰ ਇਹ ਪਤਾ ਹੈ ਕਿ 2014 ਚ ਜਦ ਮੋਦੀ ਸਾਹਿਬ ਨੇ ਬਣਨਾ ਸੀ ਉਦੋਂ ਪਹਿਲਾਂ 6-8 ਮਹੀਨੇ ਪਹਿਲਾਂ ਇਹਨਾਂ ਦੀ ਇਹ ਸ਼ੁਰੂ ਹੋ ਗਈ ਸੀ ਵੀ ਆਰਐਸਐਸ ਨੂੰ ਵਰਤੋ ਕਿਉਂਕਿ ਆਰਐਸਐਸ ਤੋਂ ਬਿਨਾ ਵੋਟ ਨਹੀਂ ਮਿਲਣੀ ਉਹਨੂੰ ਇੰਨਾ ਨਾਰਾਜ਼ ਨਹੀਂ ਕਰਨਾ ਪਰ ਐਤ ਦੀ ਸੇਮ ਟਾਈਮ ਉਹਦੀ ਮੰਨਣੀ ਵੀ ਨਹੀਂ ਆਪਣੀ ਮਰਜ਼ੀ ਕਰਨੀ ਹੈ ਕਿਉਂਕਿ ਜਿਹੜੇ ਮੋਦੀ ਸਾਹਿਬ ਨੇ ਉਹ ਤਾਂ ਹੁਣ ਜਦ ਇਹਨਾਂ ਦਾ ਕੈਂਡੀਡੇਚਰ ਫੈਸਲਾ ਹੋਇਆ ਕੈਂਡੀਡੇਚਰ ਵੀ ਇਹਨਾਂ ਨੇ ਹੀ ਕਰਾਇਆ ਨਾ ਵੀ ਜਿਹੜਾ ਪੈਸੇ ਚੰਗਾ ਜੀ ਕਹਿੰਦਾ ਜਿਹੜੇ ਪੈਸੇ ਲੱਗ ਨੇ ਤਾਂ ਅਡਵਾਨੀ ਸਾਹਿਬ ਦੀ ਵਾਲੀ ਆਣੀ ਸੀ ਸੋ ਉਹਦੇ ਵਿੱਚ ਜਿਹੜਾ ਜਿਹੜਾ ਕੈਂਡੀਡੇਟ ਚਲ ਵੀ ਇਹਨੇ ਫੈਸਲਾ ਕਰਾਇਆ ਉਹ ਵੀ ਉਸ ਤਰੀਕੇ ਨਾਲ ਕਿਉਂਕਿ ਮਾਨੇੜਾ ਨਹੀਂ ਨਿਕਿਆ ਵਾਸੀ ਦਾ ਇਹ ਨਹੀਂ ਸਪੋਰਟ ਕਰਾਂਗੇ ਉਹਨਾਂ ਦੀ ਨਹੀਂ ਕਰਨੀ ਦੂਜਾਂ ਦੀ ਦੂਜਿਆਂ ਕੋਲ ਪੈਸੇ ਹੀ ਨਹੀਂ ਉਹਨਾਂ ਦੇ ਦੂਜੇ ਜਿੰਨੇ ਮਰਜ਼ੀ ਤੱਕਲੇ ਹੋਣ ਪਰ ਉਹ ਮੋਦੀ ਸਾਹਿਬ ਜਿੰਨਾ ਪੈਸਾ ਤਾਂ ਮੈਨੇਜ ਨਹੀਂ ਨ ਕਰ ਸਕਦੇ ਸੋ ਇਸ ਕਰਕੇ ਸਾਨੂੰ ਇਹ ਮੰਨਣਾ ਪਊਗਾ ਵੀ ਜਿੱਥੇ ਆਰਐਸਐਸ ਦੀ ਸਪੋਰਟ ਹੈ ਸਮਰਥਨ ਹੈ ਆਰਐਸਐਸ ਬਹੁਤ ਕੁਝ ਚਲਾ ਰਹੀ ਹੈ ਕਿਉਂਕਿ ਉਹਨਾਂ ਨੇ ਜਿਹੜਾ 36 ਕਰੋੜ ਬੰਦਾ ਕਹਿੰਦੇ ਨੇ ਉਹ ਤਾਂ ਆਰਐਸਐਸ ਦੇ ਨਾਲ ਹੈ ਉਹ ਕੋਈ ਮੋਦੀ ਸਾਹਿਬ ਦੇ ਕੱਡੇ ਦੇ ਨਾਲ ਨਹੀਂ ਹੈ ਉਹਦੀ ਲੋੜ ਹੈ ਉਹਨਾਂ ਨੂੰ ਉਹਦੇ ਨਾਲ ਲਾ ਉਹਦਾ ਡਾਇਲੋਜੀ ਦੀ ਲੋੜ ਹੈ ਪਰ ਐਟ ది ਸੇਮ ਟਾਈਮ ਉਹਨਾਂ ਨੂੰ ਆਰਗੇਨਾਈਜ਼ੇਸ਼ਨਲੀ ਜਾਂ ਉਹਨਾਂ ਨੂੰ ਆਇਡਿਓਲੋਜੀਕਲੀ ਉਸ ਤਰੀਕੇ ਨਾਲ ਮੰਨ ਲੈਣਾ ਉਸ ਤੋਂ ਵੀ ਬਾਹਰ ਹੈ ਹਾਲਾਂਕਿ ਜਿਹੜਾ ਕੁਝ ਉਹ ਕਰ ਰਹੇ ਨੇ ਸਾਰਾ ਉਹਦੇ ਜਿਹੜੇ ਆਰਐਸਐਸ ਦੇ ਕੋਰ ਐਲੀਮੈਂਟ ਨੇ ਉਸ ਤੋਂ ਉੱਪਰ ਜਾ ਕੇ ਕਰ ਰਹੇ ਨੇ ਇਸ ਕਰਕੇ ਆਰਐਸਐਸ ਥੋੜਾ ਚੁੱਪ ਹੋ ਗਿਆ ਚਲੋ ਕੋਈ ਹਿੰਦੂ ਜਵਾਨ ਨੂੰ ਅੱਗੇ ਬਿਧਾ ਰਿਹਾ ਹੈ ਚਾਹੇ ਸਾਡੇ ਨਾਲ ਅੰਦਰੋਂ-ਅੰਦਰ ਹੀ ਜੋ ਮਰਜ਼ੀ ਹੈ ਇੱਕ ਮੈਂ ਕਿਸੇ ਸੀਨੀਅਰ ਜਰਨਲਿਸਟ ਨੂੰ ਸੁਣ ਰਿਹਾ ਸੀਗਾ ਡਾਟ ਗਰਗ ਉਹ ਇਹ ਕਹਿੰਦੇ ਆ ਕਿ ਮੋਦੀ ਸਾਹਿਬ ਦਾ ਇੱਕ ਪੁਰਾਣਾ ਸਿਧਾਂਤ ਹੈ ਕਿ ਜਦੋਂ ਇਮੇਜ ਤੇ ਕੋਈ ਆਂਚ ਆਵੇ ਜਦੋਂ ਕੋਈ ਲੱਗੇ ਕਿ ਇਮੇਜ ਨੂੰ ਛੱਟ ਵਜ ਦੀ ਪਈ ਹੈ ਉਦੋਂ ਬੰਦਿਆਂ ਨੂੰ ਬਦਲ ਦੋ ਤੇ ਇਮੇਜ ਬਿਲਡਿੰਗ ਹੋ ਜਾਂਦੀ ਹੈ ਤੁਸੀਂ ਇਹਦਾ ਮਤਲਬ ਜੇ ਕਰੋਨਾ ਕਾਲ ਦੇ ਵਿੱਚ ਸੈਕੰਡ ਵੇਵ ਦੇ ਦੌਰਾਨ ਦੇਸ਼ ਦੇ ਵਿੱਚ ਇਹੋ ਜਿਹੇ ਹਾਲਾਤ ਪੈਦਾ ਹੋਏ ਆ ਉਹ ਜਿਹੜੀ ਸੱਤਾ ਵਿਰੋਧੀ ਲਹਿਰ ਇੱਕ ਸ਼ੁਰੂ ਹੋਈ ਸੀ ਉਸ ਨੂੰ ਹੁਣ ਦਬਾ ਦਿੱਤਾ ਗਿਆ ਇਹ ਮੰਤਰੀ ਮਾਡਲ ਵਿੱਚ ਫੇਰ ਬਦਲ ਕਰਕੇ ਧਟ ਕਰ ਨਹੀਂ ਏ ਨਦੀ ਇਹ ਠੀਕ ਹੈ ਤੁਹਾਡੀ ਗੱਲ ਉਹ ਜਨਰੇਟਿਸ ਦੀ ਵੀ ਗੱਲ ਠੀਕ ਹੈ ਇਹਨਾਂ ਦੀ ਕੋਸ਼ਿਸ਼ ਹੈ ਕੋਸ਼ਿਸ਼ ਕਿ ਮੈਂ ਆਇਆ ਵੀ ਨਵਾਂ ਇਸ਼ੂ ਮੈਂ ਇਹਨੂੰ ਕੱਢਾਂ ਇਹ ਨਹੀਂ ਕਹਿੰਦਾ ਨਵਾਂ ਇਸ਼ੂ ਖੜਾ ਕਰ ਦੋ ਜਿਵੇਂ ਇਹਨਾਂ ਨੇ ਕਾਲੀ ਫੰਗਸ ਦਾ ਇਸ਼ੂ ਖੜਾ ਕਰਿਆ ਜਦ ਕਿ ਉਸ ਵੇਲੇ ਦੇਸ਼ ਦੇ ਵਿੱਚ 80 ਲੱਖ ਤੋਂ ਵੱਧ ਕਰੋਨਾ ਦੇ ਕੇਸ 25 ਦਿਨਾਂ ਚ ਆ ਚੁੱਕੇ ਸੀ 80 ਲੱਖ ਤੋਂ ਵੱਧ 1 ਲੱਖ ਕਰੀਬ 99300 400 ਮੌਤ ਹੋ ਚੁੱਕੀ ਸੀ 25 ਦਿਨਾਂ ਚ ਜੋ ਥੇ 11000 ਕੇ 11 ਜਹਾਸਾ 556 ਕੇ ਇਸ ਕਾਲੀ ਫੰਗਸ ਦੇ ਆਏ ਉੱਤੇ ਕਰਕੇ ਪੇਸ਼ ਕਰਤੇ ਜਿਹੜੇ ਨਿਕਲੇ ਕਿੱਥੋਂ ਗੁਜਰਾਤ ਚੋਂ ਹਰਿਆਣੇ ਚੋਂ ਬਿਹਾਰ ਚੋਂ ਮਧ ਪ੍ਰਦੇਸ਼ ਚੋਂ ਜਿੱਥੇ ਨਵੀਂ ਸਟ੍ਰੀਟਾਂ ਨੇ ਸੋ ਉਹ ਪ੍ਰੋਜੈਕਟ ਕਰਕੇ ਇੱਕ ਪੈਰਲ ਕਰਕੇ ਕੋਸ਼ਿਸ਼ ਕਰੀ ਗਈ ਉਹ ਫੇਲ ਹੋਏ ਛਵੀ ਆਪਦੀ ਧੁੰਮੜਾ ਸਾਫ ਕਰਦੇ ਨੇ ਸ਼ੀਸ਼ੇ ਨੂੰ ਉਹ ਛਵੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀ ਇਸ ਚੀਕੇ ਨਾਲ ਉਹ ਫੇਲ ਹੋ ਗਏ ਫਿਰ ਰਾਮਦੇਵਾਲਾ ਚਾਲ ਚੱਡੀ ਕਿ ਜੇ ਆਕਸੀਜਨ ਕਰਕੇ ਤਾਂ ਮਰੀ ਨਹੀਂ ਆਕਸੀਜਨ ਦੀ ਲੈਕ ਕਰਕੇ ਤਾਂ ਦਵਾਈਆਂ ਕਰਕੇ ਤਾਂ ਕੋਈ ਗੱਲ ਨਹੀਂ ਇਹ ਤਾਂ ਮਰੀ ਮਰੀ ਤਾਂ ਨੇ ਵੀ ਸਾਰਾ ਇਲਾਜ ਹੀ ਗਲਤ ਆਇਆ ਰੋ ਬੈਠੀ ਦਾ ਉਹ ਛਵੀ ਫਿਰ ਵੀ ਨਹੀਂ ਉਹ ਸਫਲ ਹੋਏ ਹੁਣ ਆ ਤੀਜੀ ਛਵੀ ਇਹ ਕਰਨ ਦੀ ਕੋਸ਼ਿਸ਼ ਕਰੀਆ ਵੀ ਆ ਦੇਖੋ ਅਸੀਂ ਨਵੇਂ ਬੰਦੇ ਲਿਆਂਦੇ ਕਿਉਂਕਿ ਚੋਣਾ ਨੇ ਹਾਲਾਂਕਿ ਉਹਦੇ ਵਿੱਚ ਮੈਥਮੈਟਿਕਸ ਜੀ ਆਪਾਂ ਦੇਖੀਏ ਬੜੇ ਤਰੀਕੇ ਨਾਲ ਲਾਇਆ ਗਿਆ ਬੜੇ ਤਰੀਕੇ ਨਾਲ ਲਾਇਆ ਗਿਆ 27 OBC 12 SC ਤੇ 8 ST 47 ਬੰਦੇ ਬਣ ਜਾਂਦੇ ਨੇ ਇਹ ਜੇ ਦੂਜੇ ਪਾਸੇ ਲਈਏ 7 ਜੁਪੀ ਚੋਂ 4 ਬੰਗਾਲ ਚੋਂ ਬੰਗਾਲ ਨੂੰ ਤਾਂ ਕੋਈ ਸੈਟਲ ਕਰਨਾ ਹੈ ਮਾਮਤਾ ਬੈਨਰਜੀ ਨੂੰ 4 ਮਹਾਰਾਸ਼ਟਰਾ ਚੋਂ 4 ਕਰਨਾਟਕਾ ਚੋਂ ਤੇ 3 ਗੁਜਰਾਤ ਚੋਂ ਹੋਰ ਇਹ ਇਹ ਆਪਣੇ ਆਪ ਇੱਕ ਇੰਡੀਕੇਸ਼ਨ ਆ ਕਿ ਤੁਸੀਂ ਜਿਹੜੇ ਸੂਬੇ ਚੋਣ ਹੋਣੀਆਂ ਫੇਰ ਉਹਦੇ ਵਿੱਚ ਤੁਸੀਂ ਲੈ ਰਹੇ ਹੋ ਕੌਣ ਲੈ ਰਹੇ ਹੋ ਤੁਸੀਂ ਲੈ ਰਹੇ ਹੋ ਵਕੀਲ 13 ਵਕੀਲ ਨੇ 7 ਉਹਦੇ ਵਿੱਚ ਜਿਹੜੇ ਹੈਗੇ ਨੇ ਰਿਟਾਇਰਡ ਆਈਐਸ ਨੇ 6 ਡਾਕਟਰ ਨੇ ਭਾਂਡ ਜੀ ਇੰਜੀਨੀਅਰ ਨੇ ਸੱਤ ਉਹਦੇ ਚ ਹੈਗੇ ਨੇ ਪੀ ਐਚ ਪੀਜ਼ ਤਿੰਨ ਹੈਗੇ ਨੇ ਐਮ ਬੀਏ ਇਹ ਜਿਹੜਾ ਤੁਸੀਂ ਦੇਖਦੇ ਹੋ ਉਹ ਇਹ ਦੱਸਣਾ ਵੀ ਮੈਂ ਦੇਖੋ ਆਏ ਪੜ੍ਹੇ ਰਿਹਾ ਨੂੰ ਆਦਰਵਾਇਜ਼ ਜਿਹੜੇ ਹਰਜੀਪੁਰੀ ਜੀ ਨੇ ਸਿਵਲ ਡਿਵੀਸ਼ਨ ਚ ਉਹਨਾਂ ਨੇ ਕੀ ਕਰਿਆ ਵੀ ਵਾਈ ਦੇ ਜਹਾਜ਼ਾਂ ਦਾ ਤਾਂ ਸਾਰਾ ਮਾਰਾ ਹਾਲ ਹੋ ਰਿਹਾ ਜਹਾਜ਼ ਬੰਦ ਰਹੇ ਸਭ ਕੁਝ ਰਿਹਾ ਕਿੰਨੇ ਵਾਰੀ ਟਿਕਟ ਕੱਟ ਕੇ ਮਤਲਬ ਉਹ ਕਿਹੜਾ ਮਨਿਸਟਰ ਹੈ ਜਿਹੜਾ ਜਿਹਦੀ 에어ਲਾਈਨ ਟਿਕਟ ਵੀ ਕੱਟੀ ਜਾਂਦੀ ਹੈ ਲੋਕਾਂ ਨੇ ਪੈਸੇ ਵੀ ਦੱਬੀ ਬੈਠੀ ਆ ਵਾਪਸ ਵੀ ਨਹੀਂ ਕਰਦੀ ਰੋਲਾ ਵੀ ਪਈ ਜਾਂਦਾ ਏ ਔਰ ਜਹਾਜ਼ੇ ਕੈਨਸਲ ਕਰ ਦਿੰਦੇ ਨੇ ਸੋ ਉਹ ਕੋਈ ਇਨਾਂ ਨੇ ਏਰੀਏਸ਼ਨ ਨੂੰ ਹੈਂਡਲ ਨਹੀਂ ਕਰਿਆ ਪ੍ਰੋਪਰਲੀ ਇਹਨੂੰ ਕਹਿਣ ਨੂੰ ਜੋ ਮਰਜ਼ੀ ਕਹੀ ਜਾ ਨਾ ਪਰ ਕਿਉਂਕਿ ਉਹ ਉਹ ਇਨਾਂ ਦਾ ਚਿਹਤਾ ਜੋ ਚਾਹੁੰਦੇ ਨੇ ਉਹ ਕਰਦੇ ਨੇ ਕਿਉਂਕਿ ਉਹ ਵਿਸਥਾ ਵਿਸਥਾ ਪ੍ਰੋਜੈਕਟ ਹੈ ਜਿਹੜਾ ਮੋਦੀ ਸਾਹਿਬ ਦਾ ਆਪ ਦਾ ਪੈਟ ਪ੍ਰੋਜੈਕਟ 25000 ਕਰੋੜ ਦਾ ਉਹ ਉਹਦੇ ਉੱਤੇ ਉਹ ਲੱਗੇ ਹੋਏ ਨੇ ਉਹਦੀ ਸਪੋਰਟ ਕਰਦੇ ਨੇ ਉਹ ਈਵਨ ਉਹਨੂੰ ਕਹਿੰਦਾ ਵੀ ਐਸੈਂਸ਼ੀਅਲ ਸਰਵਿਸ ਹੈ ਕਿ ਉਸਕੋ ਕੋਰੋਨਾ ਹੀ ਨਾ ਹੋਣ ਦੇ ਬਾਬੂ ਚੱਲ ਰਿਹਾ ਸੋ ਇਸ ਕਰਕੇ ਇਹਨਾਂ ਨੇ ਜਿਹੜੇ ਬੰਦੇ ਇਹਨਾਂ ਦੇ ਉੱਤੇ ਨਿਰਭਰ ਰਹਿਣਾ ਇਹਨਾਂ ਦੀ ਚਮਚੀ ਮਾਰਨ ਇਸ ਤੋਂ ਅੱਗੇ ਗਲਤੀ ਇਹਨਾਂ ਦੀ ਹੋਵੇ ਜ਼ਿੰਮੇਵਾਰੀ ਆਪ ਲੈਣ ਗਲਤੀ ਧੀ ਕੰਮ ਆਪ ਕਰਿਆ ਹੋਵੇ ਸ਼ਾਬਾਸ਼ ਇਹਨਾਂ ਨੂੰ ਦਵਾਉਣ ਉਹ ਬੰਦੇ ਇਹਨਾਂ ਨੂੰ ਪਸੰਦ ਨੇ ਬੀਜੀ ਹਜੂਰੀ ਜਦ ਜੀ ਹਜੂਰੀ ਦੀ ਪੋਲਿਟਿਕਸ ਦੇ ਵਿਚਾਰਹੀ ਹੈ ਔਰ ਉਹ ਜਿਹੜੇ ਜਨਰਲ ਸੀਨੀਅਰ ਜਨਰਲਸ ਨੇ ਕਿਹਾ ਕਿ ਇਸਾਂ ਚਿਹਰੇ ਬਦਲਣ ਦੀ ਕੋਸ਼ਿਸ਼ ਕਰਦੇ ਨੇ ਇਹ ਵੀ ਉਸੇ ਚੋਂ ਠੀਕ ਗੱਲ ਹੈ ਮੈਂ ਉਹਦੇ ਨਾਲ ਸਹਿਮਤ ਹਾਂ ਕਿ ਚਿਹਰੇ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮੈਂ ਥੋੜੀ ਐਰੇ ਕਰਦਾ ਵੀ ਕਦੇ ਚਿਹਰੇ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉਹਦੇ ਨਾਲ ਦੀ ਨਾਲ ਮੈਥਮੈਟਿਕਸ ਇੱਕ ਸਟੈਟਿਸਟਿਕਲ ਐਕਸਰਸਾਈਜ਼ ਵੀ ਹੈ ਤੇ ਉਹਦੇ ਨਾਲ ਦੀ ਨਾਲ ਜਿਹੜੇ ਤਕੜੇ ਨੇ ਜਿਨ੍ਹਾਂ ਤੋਂ ਮਾੜਾ-ਮੋਟਾ ਚੈਲੰਜ ਦੀ ਉਮੀਦ ਹੁੰਦੀ ਹੈ ਉਹਨਾਂ ਨੂੰ ਕੱਟ ਡਾਊਨ ਵੀ ਕਰਿਆ ਗਿਆ ਹੈ ਉਹਨਾਂ ਨੇ ਇੱਕ ਹੋਰ ਗੱਲ ਵੀ ਕਹੀ ਐ ਅਡੱਟ ਕਰਕੇ ਵੀ ਇਹ ਮਹਿੰਗਾਈ ਦੇ ਦੌਰ ਵਿੱਚ ਮੁੱਦੇ ਨੂੰ ਵੀ ਪਾਸੇ ਕੀਤਾ ਗਿਆ ਹਾਂਜੀ ਬਿਲਕੁਲ ਮੁੱਦਿਆਂ ਨੂੰ ਪਾਸੇ ਕਰਨ ਦੀ ਟੰਗ ਹੁਣ ਮਹਿੰਗਾਈ ਤਾਂ ਵਧੀ ਜਾ ਰਹੀ ਐ ਪੈਟਰੋਲ ਹੁਣ ਪੈਟਰੋਲੀਅਮ ਮੰਤਰੀ ਨਵੇਂ ਬਣਾਤੇ ਨਾ ਠੀਕ ਐ ਉਹ ਪ੍ਰਧਾਨਜੀਤ ਤੋਂ ਵਾਪਸ ਲੈ ਲਓ ਪ੍ਰਧਾਨਜੀਤ ਦਾ ਸਮਾ ਦੂਜਾ ਮੰਤਰਾਲਾ ਦੇ ਤਾਂ ਵਧੀਆ ਤੇ ਉਹ ਪੈਟਰੋਲ ਜਿਹੜਾ ਐ ਕੈਮੀਕਲ ਐਂਡ ਪੈਟਰੋਲ ਦਵਾਈਆਂ ਦੇ ਰੇਟ ਉਹ ਦਿੰਦਾ ਰਹੇ ਨੇ ਪੈਟਰੋਲ ਦਾ ਅੱਜ ਫੇਰ ਦੀ ਵਧਿਆ ਹੋਇਆ ਰੇਟ ਜਦੋਂ ਤੁਸੀਂ ਇਸ ਨੂੰ ਜਦ ਜਿਹੜਾ ਇਹ ਮੰਤralੇ ਦੀ ਗੱਲ ਕਰਦੇ ਨੇ ਜਿਹੜਾ ਕੁਝ ਕਰਦੇ ਨੇ ਜਿਹਨੂੰ ਸ਼ਾਬਾਸ਼ ਹੀ ਦਿੱਤੀ ਹੈ ਹੁਣ ਪ੍ਰਧਾਨ ਨੂੰ ਕਿਉਂ ਸ਼ਾਬਾਸ਼ ਹੀ ਦਿੱਤੀ ਆ ਉਹਦਾ ਮੰਤralਾ ਬਦ ਕੇ ਉਹਨੂੰ ਤਾਂ ਸਮਾਪਤ ਗ੍ਰੇਡ ਕਰਿਆ ਕਿਉਂਕਿ 12 April 2020 ਨੂੰ ਜਿਹੜਾ ਕੱਚਾ ਤੇਲ ਸੀ ਉਹਦਾ ਰੇਟ ਸੀ 12.98 ਡਾਲਰ ਪ੍ਰਤੀ ਬੈਰਲ ਯਾਨੀ ਕਿ 6 ਰੁਪਏ ਲੀਟਰ ਕੱਚਾ ਤੇਲ ਸੀ ਜੀ ਤੇ ਪੱਕਾ ਤੇਲ ਉਹਨੇ ਵਿਕ ਰਿਹਾ ਸੀ 80 ਰੁਪਏ 80 ਰੁਪਏਾਂ ਵਿੱਚ ਟੈਕਸ ਜਿਹੜਾ ਸੀ ਉਹ ਤਾਂ ਸਾਰੇ ਹੀ 57 ਰੁਪਏ ਸੀ ਜੇ 57 ਰੁਪਏ ਟੈਕਸ ਆਇਆ ਹੈ ਕਿ 80 ਰੁਪਏ ਵਿੱਚ ਵਿਕਦਾ ਹੈ ਤੇ ਬਾਕੀ ਜਿਹੜੇ 23 ਰੁਪਏ ਨੇ ਉਹਨਾਂ ਵਿੱਚ ਤੇਲ ਤਾਂ 6 ਰੁਪਏ ਦਾ ਕੁਛ ਸੁਧਾਈ ਸੁਲਾ ਕੇ 10 15 ਰੁਪਏ 20 ਰੁਪਏ ਲੀਟਰ ਜਿਹੜਾ ਸੀ ਉਹ ਡੀਟਰ ਉਹ ਇਹਨਾਂ ਨੇ ਉਹ ਕੰਪਨੀਆਂ ਨੂੰ ਕਿਉਂਕਿ ਆਪ ਉਹਨਾਂ ਦਾ ਬਿਆਨ ਸੀ ਕਿ ਕੰਪਨੀਆਂ ਨੇ ਤੇਲ ਜਮ੍ਹਾਂ ਕਰਾਇਆ ਹੋਇਆ ਜੀ ਸਸਤੇ ਭਾਅ ਤੇ ਲੈ ਕੇ ਉਹ ਜਿਹੜਾ ਸਸਤੇ ਭਾਅ ਦਾ ਤੇਲ ਹੈ ਉਹ ਜਮ੍ਹਾਂ ਕਰਕੇ ਉਹ ਤੇ ਤੁਸੀਂ ਕੰਪਨੀ ਅਡਾਅ ਕਰ ਦਿਓ ਕਿੱਥੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਰੋਜ਼ ਦਾ ਰੋਜ਼ ਰੇਟ ਹੋਣਾ ਹੈ ਰੋਜ਼ਾ ਰੋਜ਼ ਰੇਟ ਤੱਕ ਜਿਹੜਾ ਉਹਨਾਂ ਦਾ ਖਰੀਦ ਮੁੱਦਾ ਉਹਦੇ ਹਿਸਾਬ ਨਾਲ ਹੁਣ ਨਾ ਕਿ ਮਾਰਕੀਟ 'ਚ ਸਟਾਕਿੰਗ ਤੇ ਥੋੜਾ ਹੋਣਾ ਸੋ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਹੋਇਆ ਉਹ ਇਹ ਕੋਈ ਪਰਫਾਰਮੈਂਸ ਨਾਲ ਨਹੀਂ ਜੁੜੀ ਮੈਂ ਸਿਰਫ ਸਟ੍ਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਪਰਫਾਰਮੈਂਸ ਹੋਰ ਬਹੁਤ ਦੀ ਮਾੜੀ ਹੈ ਕਈਆਂ ਦੀ ਇੰਨਾ ਚ ਚੰਗੀ ਹੀ ਹੋਈ ਹੈਗੀ ਚੰਗੀ ਨਾ ਕਹੋ ਐਵਰੇਜ ਹੈ ਇਹ ਪਰ ਪਰਫਾਰਮੈਂਸ ਦਾ ਬਹਾਨਾ ਲਾਇਆ ਜਾਊਗਾ ਕਿਤੇ ਹੋਰ ਕਹਿੰਦੇ ਜਬ ਡਾ ਮੈਨੀ ਤੇਰੇ ਬਸ ਇਤਨਾ ਖਾਂਦੇ ਹੀ ਦਾੜੀ ਹਿਲਦੀ ਆਲੀ ਗੱਲ ਐ ਆਦਰਵਾਈਜ਼ ਕੱਢੇ ਚਾਹੀਏ ਇਸ ਕਰਕੇ ਨੇ ਕਿੰਨੀ ਗੱਲਾਂ ਨੇ ਜਿਹੜੀਆਂ ਤੁਸੀਂ ਫੋਕਸ ਵੀ ਕਰੀਆਂ ਨੇ ਇੱਕ ਆਪਣੀ ਛਵੀ ਚੇਂਜ ਕਰਨ ਵਾਸਤੇ ਦੂਜਾ ਲੋਕਾਂ ਦਾ ਮਹਿੰਗਾਈ ਤੋਂ ਝਾਨਵਰਨ ਵਾਸਤੇ ਵੀ ਅਸੀਂ ਹੁਣ ਆਹ ਲਿਆਂਦਾ ਫਲਾਣਾ ਲਿਆਂਦਾ ਤੀਜਾ ਆਪਣੀਆਂ ਚੋਣਾਂ ਜਿਹੜੀਆਂ ਸੂਬਿਆਂ ਦੀਆਂ ਨੇ ਉਹਦੇ ਵਿੱਚ ਚੌਥਾ ਪਾਰਟੀ ਦੇ ਜਿਹੜੇ ਡਿਸੈਂਸ਼ਨ ਸ਼ੁਰੂ ਹੋ ਗਿਆ ਸੀ ਜਿਹੜੇ ਭਾਈਵਾਲ ਨੇ ਉਹਨਾਂ 'ਚ ਵੀ ਪਾਰਟੀਆਂ ਦੇ ਵਿੱਚ ਵੀ ਉਹ ਡਿਸੈਂਸ਼ਨ ਜਿਹੜੇ ਉਸ ਤੋਂ ਲਾਇਏ ਨੇ ਲੋਕ ਜਨ ਸ਼ਕਤੀ ਪਾਰਟੀ ਤੋਂ ਉਹ ਨੂੰ ਪਾਸਵਾ ਨੂੰ ਖੁੱਡੇ ਲੈਣਾ ਨਹੀਂ ਸੀ ਕਿਉਂਕਿ ਉਹ ਨੂੰ ਪਸ਼ੂਪਤੀ ਨੂੰ ਤਾਂ ਲਿਆ ਜੀ ਤੋੜਿਆ ਤਾਂ ਉਹ ਨੂੰ ਨਿਤਿਸ਼ ਨਹੀਂ ਹੈ ਨਿਤਿਸ਼ ਸਿੰਘ ਨੇ ਵੀ ਨਿਤਿਸ਼ ਨੂੰ ਕਦੇ ਦੇਖ ਚਾਹੀ ਤੋੜਿਆ ਕੋਰਟ ਵੀ ਚਲੇ ਗਏ ਸੀ ਉਹ ਨੂੰ ਸਿੰਧਿਆ ਨੂੰ ਵੀ ਸਿੰਧਿਆ ਤਾਂ ਜਿੰਨੂ ਚਾਰ ਸੀਗਾ ਸਿੰਧਿਆ ਤਾਂ ਕਿਉਂਕਿ ਸਿੰਧਿਆ ਦਾ ਜੇ ਅਸੀਂ ਦੇਖੀ ਸਾਰੇ ਪੋਲੀਟੀਸ਼ੀਅਨ ਤੋਂ ਜੰਗ ਪੋਲੀਟੀਸ਼ੀਅਨ ਤੋਂ ਸਿੰਧਿਆ ਮੈਨੂੰ ਆਇਆ ਲੱਗਿਆ ਵੀ ਉਹਦਾ ਕੋਈ ਦੀਨਵਾ ਨਹੀਂ ਜਿੱਥੇ ਮਰਜ਼ੀ ਜਾ ਸਕਦਾ ਉਹ ਜੋ ਮਰਜ਼ੀ ਬੋਲ ਸਕਦਾ ਉਹ ਜਿਹੜਾ ਉਹ ਜਨ ਨੂੰ ਤਿਆਰ ਸੀ ਅੰਦਰੋਂ ਅੰਦਰੀ ਜੇ ਉਹ ਨੂੰ ਕੁਛ ਨਾ ਮਿਲਦਾ ਉਹ ਨੂੰ ਚੱਕ ਕੇ ਦੇ ਦਤਾ ਚਲ ਮੈਂ ਇਸ ਕਰਕੇ ਇਹ ਜੋੜ ਤੋੜ ਕਰੇ ਗਏ ਨੇ ਇਹ ਛਵੀ ਨੂੰ ਸੁਧਾਰਿਆ ਗਿਆ ਹੈ ਇਹ ਚੋਨਾ ਦਾ ਧਿਆਨ ਰੱਖਿਆ ਗਿਆ ਹੈ ਇੱਥੇ ਜਾਤੀਵਾਦ ਦੀ ਪੋਲਿਟਿਕਸ ਕਰੀ ਲਈ ਹੈ ਜਾਤੀਵਾਦ ਦੀ ਪੋਲਿਟਿਕਸ ਤੇ ਹਿੰਦੂ ਕਮਿਊਨਿਟਿਜ਼ਮ ਜਿਹੜੇ ਹਿੰਦੂਆਂ ਤੇ ਅਟੈਕ ਕਰਨ ਵਾਲੇ ਨੇ ਉਹਨਾਂ ਨੂੰ ਦੇ ਕੇ ਵੀ ਹਿੰਦੂ ਵੋਟ ਵੀ ਆਪਦੇ ਨਾਲ ਲਾਓ ਜਿਹੜੇ ਦਲਤਾਂ ਨੂੰ ਦੇ ਕੇ ਵੀ ਦਲਤ ਵੀ ਨਾਲ ਲਾਓ ਸੋ ਇਹ ਨਾਲ ਲਾਉਣ ਦੀ ਗੱਲ ਹੈ ਇਹ ਦੇਸ਼ ਦੀ ਇੱਕ ਜਮਹੂਰੀ ਪੋਲਿਟਿਕਸ ਦੀ ਗੱਲ ਨਹੀਂ ਹੈ ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਊਗਾ ਬ੍ਰੇਕ ਤੋਂ ਵਾਪਸ ਆਉਂਗਾ ਡਾਟਾ ਗਰਗ ਕੱਲਾ ਕੱਲਾ ਪੁਆਇੰਟ ਤੁਹਾਡਾ ਸ਼ੇਅਰ ਕਰ ਰਿਹਾ ਇਹ ਉਹ ਪੁਆਇੰਟਸ ਆ ਜਿਹੜੇ ਸ਼ਾਇਦ ਸਾਡੀਆਂ ਚਰਚਾਾਂਵਾਂ ਦੇ ਵਿੱਚੋਂ ਮਿਸਿੰਗ ਹੈ ਤੇ ਸਾਨੂੰ ਇਹਨਾਂ ਵੱਲ ਵੀ ਸੋਚਣਾ ਪਵੇਗਾ ਸੋਸ਼ਲ ਇੰਜੀਨੀਅਰਿੰਗ ਦੀ ਜਿਹੜੀ ਗੱਲ ਹੋ ਰਹੀ ਹੈ ਉਸ ਦੇ ਨਾਲ ਇਹ ਸਾਰਾ ਕੁਝ ਜਿਹੜਾ ਦਿਖਾਇਆ ਗਿਆ ਉਸ ਦੇ ਨਾਲ ਇਹ ਮੋਦੀ ਦਾ ਮੈਸੇਜਿੰਗ ਸਟਾਈਲ ਵੀ ਹੈ ਵਾਪਸ ਆ ਰਿਹਾ ਇੱਕ ਵਾਰ ਫੇਰ ਤੁਹਾਡਾ ਸੁਆਦ ਕਰਦੇ ਆ ਡਾਟਾ ਪਿਆ ਗਰਗ ਸੜਨਾ ਮੌਜੂਦ ਆਖਰੀ ਹਿੱਸੇ ਵਿੱਚ ਆ ਸੀਐਸ ਪੋਲਿਟਿਕਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਡਟ ਗਰਗ ਹੁਣ ਜਦੋਂ ਤੁਸੀਂ ਇਹ ਸਵਾਲ ਖੜਾ ਕਰਦੇ ਹੋ ਕਿ ਮਿਸਟਰ ਮੋਦੀ ਆਪਣੀ ਇਮੇਜ ਬਿਲਡਿੰਗ ਦੀ ਐਕਸਾਈ ਵਿੱਚ ਲੱਗੇ ਹੋਏ ਆ ਜਦੋਂ ਇਹ ਸਵਾਲ ਖੜਾ ਕਰਦੇ ਆ ਕਿ ਆਰਐਸ ਦਾ ਪ੍ਰਭਾਵ ਪਹਿਲਾਂ ਨਾਲੋਂ ਘਟਿਆ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਵਿੱਚ ਇੱਕ ਜਵਾਬ ਹੈ ਜਿਹੜਾ ਬੀਜੇਪੀ ਵੱਲੋਂ ਬਹੁਤ ਤੇਜ਼ੀ ਨਾਲ ਦਿੱਤਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਪਪੂਲਾਰਿਟੀ ਆ ਬਿਲਕੁਲ ਘਟ ਨਹੀਂ ਹੋ ਰਹੀ ਲੋਕ ਸਾਡੇ ਨਾਲ ਹੈ ਦੇਸ਼ ਸਾਡੇ ਨਾਲ ਹੈ ਸਾਨੂੰ ਵੋਟਾਂ ਪੈਂਦੀਆਂ ਜਿੱਥੇ ਜਾ ਕੇ ਮਰਜ਼ੀ ਦੇਖ ਲਿਓ ਡਟਕਰਗ ਉਹ ਸਾਰੇ ਅੰਕੜੇ ਵੀ ਕੱਢ ਲੈਂਦੇ ਆ ਚਾਹੇ ਗੁਜਰਾਤ ਦੀ ਗੱਲ ਹੋਵੇ ਤੇ ਚਾਹੇ ਦੇਸ਼ ਦੀ ਗੱਲ ਹੋਵੇ ਡਟਕਰਗ ਬਿਲਕੁਲ ਠੀਕ ਹੈ ਭਾਜਪੀ ਦੇ ਵਿੱਚ ਬਹੁਤ ਜ਼ਿਆਦੇ ਰਹੇ ਜੇ ਨੇਤਾ ਵੀ ਨੇ ਜਿਨ੍ਹਾਂ ਦੀ ਆਪਦੀਆਂ ਤਾਂ ਕੋਈ ਜੜ੍ਹਾਂ ਹੀ ਨਹੀਂ ਵੋਟ ਵੋਟ ਤਾਂ મોદી ਦੇ ਨਾਤੀਆਂ ਵਾਂਗ ਹੁਣ ਤਾਂ ਸੜੀਆਂ ਪਟੇ ਹੋ ਗਈਆਂ ਜਿਹੜਾ ਫੋਕਸ ਹੀ ਨਾ ਕਰਦੇ ਨੇ ਪਰ ਮੈਂ ਜਿਹੜੀ ਗੱਲ ਕਹਿਣਾ ਬੰਗਾਲ ਦੇ ਵਿੱਚ ਵੋਟਾਂ ਵੀ ਦੇਖ ਲੈਣ ਸੀਟਾਂ ਵੀ ਦੇਖ ਲੈਣ ਇਹ ਤਾਂ ਕਹਿੰਦੇ 200 ਤੋਂ ਘੱਟ ਆਈ ਜੀ ਆਣੀ ਨਹੀਂ ਮੰਨ ਤਾਂ ਐਨਰਜੀ ਦਾ ਬਸਰਾ ਗੋਲ ਕਰ ਦੇਣਾ ਉਹ ਪਿਛਲੀ ਵਾਰੀ 211 ਸੀ ਸੀਟਾਂ ਦੀ 213 ਹੋ ਗਈਆਂ ਸੋ ਆਪਾਂ ਇਸ ਗੱਲ ਨੂੰ ਜੋ ਫੈਕਟਸ ਨੇ ਉਹਨਾਂ ਨੂੰ ਡਿਨਾਈ ਨਾ ਕਰੀਏ ਯੂਪੀ ਦੇ ਵਿੱਚ ਠੀਕ ਹੈ ਹੁਣ ਜੋਰ ਤੋਰ ਕਰਕੇ ਪੂਰਾ ਨਿਤਨਗੜ ਕੀ ਜੀ ਜਾ ਕੇ ਬੈਠੇ ਫ ਨੇ ਸੱਤ ਲੈਣੇ ਸੀ ਉਹਨਾਂ ਨੂੰ ਹੋ ਸਕਦਾ ਸੌਦੇਬਾਜੀਆਂ ਵੀ ਹੋਈਆਂ ਹੋਣ ਜਿਹੜੇ ਜਿਹੜਾ ਉਹ ਜਿਹੜੀਆਂ ਲੋਕਲ ਵਾਡੀਜ਼ ਚੋਣਾਂ ਚ ਚੇਅਰਮੈਨ ਵਾਈਸ ਚੇਅਰਮੈਨ ਮੇਲ ਵਗੈਰਾ ਦੀਆਂ ਚੋਣਾਂ ਹੋਈਆਂ ਨੇ ਤੇ ਉਹਦੇ ਵਿੱਚ ਸਾਰਾ ਕੁਝ ਡੋੜ ਟੋੜ ਕਰ ਗਿਆ ਕਿਉਂਕਿ ਜਦ ਪਹਿਲਾਂ ਹਾਰ ਗਏ ਬੁਰੀ ਤਰ੍ਹਾਂ ਸੋ ਇਹ ਇੰਨਾ ਸੌਖਾ ਕੰਮ ਨਹੀਂ ਹੈ ਜਿੰਨਾ ਇਹ ਕਹਿੰਦੇ ਨੇ ਨਹੀਂ ਨਹੀਂ ਉਹਦੇ ਨਾਲ ਥੋੜਾ ਜਿਹਾ ਡੱਟ ਕੇ ਆਪਾਂ ਥੋੜਾ ਥੋੜਾ ਜਿਆ ਨੂੰ ਸਮਝੀਏ ਉੱਤਰ ਪ੍ਰਦੇਸ਼ ਦੇ ਜਿਹੜੇ ਮੰਤਰੀ ਬਣਾਇਆ ਸਰ ਨਵੇਂ ਉਹ ਕਿਹੜੇ ਕਿਹੜੇ ਏਰੀਆ ਤੋਂ ਆਉਂਦੇ ਆ ਅਵਦ ਬਦਿਲਖੰਡ ਪ੍ਰਵਾਂਚਲ ਬਰਾਜ ਰਹਿਲਖੰਡ ਤੇ ਕਨੋਜ ਜਿਹੜਾ ਗੁਜਰਾਤ ਤੋਂ ਬਣਾਇਆ ਗਿਆ ਗੁਜਰਾਤ ਦੇ ਵਿੱਚ ਵੀ ਜਾਤੀਗਤ ਸਮੀਕਰਨਾਂ ਉਹਨੂੰ ਵੀ ਟੱਚ ਕੀਤਾ ਗਿਆ ਅੰਦਰ ਚ ਦੋ ਪਟੇਲ ਤਿੰਨ ਤਿੰਨ OBC ਉਹਨਾਂ ਨੂੰ ਮੰਤਰੀ ਬਣਾਇਆ ਗਿਆ ਸਰ ਇਹ ਸਾਰੇ ਇੰਜੀਨੀਅਰਿੰਗ ਹੈ ਨਾ ਇਹਨੂੰ ਸਮਝਣਾ ਪੈਣਾ ਡਟਕਰ ਸਾਨੂੰ ਨਹੀਂ ਨਹੀਂ ਇਹ ਇੰਜੀਨੀਅਰਿੰਗ ਤਾਂ ਹੈਗੀ ਹੈਗੀ ਆ ਵੀ ਹਰ ਤਰ੍ਹਾਂ ਦੇ ਜਿਹੜੇ ਜਿਹੜੇ ਵੀ ਛੋਟੇ ਇੰਟਰਸਟ ਨੇ ਉਹਨਾਂ ਨੂੰ ਤੁਸੀਂ ਲੈ ਕੇ ਆਓ ਛੋਟੇ ਇੰਟਰਸਟ ਝਗੜਾ ਵੀ ਪੈ ਗਿਆ ਉਹਨੂੰ ਤੇ ਉਹ ਕਿਹਨੇ 10 ਵਾਰ ਕੇ ਕੌਣ ਉਹ ਕਹਿੰਦੇ ਵੀ ਮੈਂ ਵੀ ਉਹਨੂੰ ਲੈ ਜਾ ਲੜਕੀ ਨੂੰ ਤੇ ਮੈਨੂੰ ਛੱਡਦਾ ਸਾਡੇ ਤੇ ਮੇਰਾ ਤਾਂ ਕਹਿੰਦਾ ਜਾਰੇ ਜਿਹੜਾ ਚ ਹੈ ਤੇ ਇਹ ਚੱਲੀ ਜਾਂਦਾ ਇਹਨਾਂ ਦਾ ਮੈਂ ਇੱਕ ਗੱਲ ਦੇ ਵਿੱਚ ਹੋਰ ਫੋਕਸ ਕਰਨੀ ਚਾਹਣਾ ਕਿ ਪੀ ਸਿੰਘ ਜੀ ਉਹ ਇਹ ਹੈ ਵੀ ਹੁਣ ਸਾਨੂੰ ਦੂਜਾ ਪਾਸਾ ਵੀ ਇਹਦਾ ਦੇਖਣਾ ਪੈਣਾ ਹੈ ਆਪਾਂ ਸਿਆਸੀ ਪਾਸਾ ਦੇਖ ਲਿਆ ਇਹਦਾ ਆਰਥਿਕ ਪੱਖ ਦੇਖਣ ਦੀ ਲੋੜ ਹੈ ਰੀਸ਼ਾ ਬੰਦਾ ਜੀ ਉਹ ਬਹੁਤ ਮਹੱਤਵਪੂਰਨ ਹੈ ਦੇਸ਼ ਵਾਸਤੇ ਅੱਜ ਦੇਸ਼ ਕੋਲ ਪੈਸਾ ਨਹੀਂ ਹੈ ਰੈਵਨਿਊ ਨਹੀਂ ਹੈ ਇਹਨਾਂ ਕੋਲੇ ਰੇਵਨਿਊ ਜਿਆਦਾ ਇਹਨਾਂ ਨੇ ਜਨਰੇਟ ਨਹੀਂ ਹੋ ਰਿਹਾ ਤੇ ਪੈਸੇ ਦੀ ਲੋੜ ਹੈ ਇਹ ਐਸੈਟ ਵੇਚ ਰਹੇ ਨੇ ਐਸੈਟ ਵੇਚ ਨੂੰ ਕਹਿੰਦੇ ਨੇ ਡੀਮੋਨਟਾਈਜ਼ ਅਸੀਂ ਮੋਨਟਾਈਜੇਸ਼ਨ ਕਰ ਰਹੇ ਹਾਂ ਪੈਸਾ ਵਾਟ ਰਹੇ ਹਾਂ ਹੂੰ ਵੇਚ ਕੇ ਉਹ ਕੋਈ ਵੀ ਬੰਦਾ ਕਹਿ ਸਕਦਾ ਆਪਣੀ ਜ਼ਮੀਨ ਕਹਿੰਨੇ ਧਰ ਦੇ ਜਾਂ ਵੇਚ ਦੇ ਕਿ ਦੇਖੋ ਜੀ ਇੰਨੇ ਪੈਸੇ ਆ ਗਏ ਆਪਣੇ ਕੋਲੇ ਇਹ ਨਹੀਂ ਦੱਸਣਾ ਵੀ ਜ਼ਮੀਨ ਤਾਂ ਗਈ ਆਪਣੇ ਕੋਲੋਂ ਮੁੜ ਕੇ ਉਹ ਨਹੀਂ ਨੋਟੀ ਨੇ ਤਾਂ ਸੋ ਇਹਨਾਂ ਨੇ ਸਭ ਕੁਝ ਹੁਣ ਕਿਉਂਕਿ ਐਲ.ਆਈ.ਸੀ. ਵੇਚਣੀ ਹੈ ਐਲ.ਆਈ.ਸੀ. ਤਾਂ ਵੀ ਗਾ ਅਖਬਾਰ ਚ ਵੀ ਕਿਵੇਂ ਉਹਦਾ ਜਾਰੀ ਹੋ ਰਿਹਾ ਹੁਣੀ ਟੈਂਡਰ ਵਗੈਰਾ ਸੋ ਜਿਹੜੇ ਇਹਨਾਂ ਨੇ ਹਵਾਈ ਐਡਾ ਨੂੰ ਜ਼ਿਆਦਾ ਤੇਜ਼ੀ ਨਾਲ ਵੇਚਣਾ ਐ ਐਲ ਆਈ ਸੀ ਵੇਚਣੀ ਐ ਜਿਹੜਾ ਪ੍ਰਾਈਵੇਟਾਈਜੇਸ਼ਨ ਕਰਨਾ ਐ ਕਾਨਾਂ ਦੇ ਉੱਤੇ ਹੋਰ ਜਿਹੜਾ ਫਰਦਰ ਵੇਚ ਦੇਣਾ ਐ ਪੋਰਟਸ ਨੂੰ ਫਰਦਰ ਵੇਚਣਾ ਉਹਦੇ ਉੱਤੇ ਇਹਨਾਂ ਨੂੰ ਉਹ ਬੰਦੇ ਚਾਹੀਦੇ ਸੀ ਜਿਹੜੇ ਬੰਦੇ ਬਿਲਕੁਲੀ ਮੂੰਹ ਨਾ ਖੋਲਣ ਜਿਹੜੇ ਬੰਦੇ ਜਰਾ ਵੀ ਇਹ ਨਾ ਕਹਿਣ ਵੀ ਜਰਾ ਇਹ ਚੰਗਾ ਨਹੀਂ ਲੱਗਦਾ ਜਿਹਨੇ ਇਹਨਾਂ ਵੀ ਕਹਿਤਾ ਉਹਨੂੰ ਬਾਹਰ ਕੱਢੋ ਇਹਦਾ ਮਤਲਬ ਮਾੜੀ ਮੋਟੀ ਗੱਲ ਕਹਿਣ ਦੀ ਹਿੰਮਤ ਲੱਗਦਾ ਸੋ ਇਸ ਕਰਕੇ ਇਹ ਜਿਹੜਾ ਦੂਜਾ ਪੱਖੀ ਹਿੱਸਾ ਇਹ ਹੋਰ ਵੀ ਖਤਰਨਾਕ ਹੈ ਇੱਕ ਖਤਰਨਾਕ ਹੈ ਕਿ ਛੋਟੇ ਛੋਟੇ ਹਿੱਤਾਂ ਨੂੰ ਤੁਸੀਂ ਨਾਲ ਲਾ ਲਓ ਨਾਲੇ ਹਿੰਦੂ ਕਮਿਊਨਲਿਜ਼ਮ ਨੂੰ ਲੈ ਕੇ ਰੱਖੋ ਕਿ ਦੇਸ਼ ਨੂੰ ਪੂਰੀ ਤਰ੍ਹਾਂ ਡਿਵਾਈਡ ਕਰ ਦਿਓ ਜਾਤ ਦੇ ਨਾਂ ਤੇ ਦੂਜਾ ਤੁਸੀਂ ਵਿਅਕਤੀ ਕੋਲੇ ਪੋਲਿਟਿਸ਼ੀਅਨ ਇਕੱਠੀ ਕਰ ਦਿਓ ਉਹ ਜੋ ਮਰਜ਼ੀ ਕਰੇ ਉਹਨੂੰ ਕੋਈ ਕੁਝ ਕਹਿ ਹੀ ਨਾ ਸਕੇ ਕੋਈ ਤੀਜਾ ਤੁਸੀਂ ਭੀੜ ਤੰਤਰ ਬਣਾ ਦਿਓ ਤੇ ਚੌਥਾ ਤੁਸੀਂ ਦੇਸ਼ ਦੇ ਜਿਹੜੇ ਐਸੈਟਸ ਨੇ ਉਹਨਾਂ ਨੂੰ ਬਾਈ ਹੁੱਕ ਆਰ ਬਾਈ ਗਰੂਕ ਇਸ ਢੀਕੇ ਨਾਲ ਦੇਚ ਦਿਓ ਕਿ ਆਹ ਇਹ ਉਹਨੂੰ ਕਹੋ ਇਹ ਜੀ ਸੁਧਾਰਾਂ ਦੀ ਗੱਲ ਐ ਸੁਧਾਰ ਜ਼ਰੂਰੀ ਨੇ ਸਾਨੂੰ ਵਰਲਡ ਬੈਂਕ ਕਹਿੰਦੀ ਐ ਤਾਂ ਕਰਕੇ ਜ਼ਰੂਰੀ ਨੇ ਕਿ ਅਸੀਂ ਵਪਾਰ ਪ੍ਰਾਈਵੇਟਾਂ ਦਾ ਕਰ ਰਿਹਾ ਕਿ ਅਸੀਂ ਡਬਲਿਊਟੀਓ ਦੇ ਅੰਦਰਾਂ ਅਸੀਂ ਟ੍ਰਿਪਸ ਦੇ ਅੰਦਰਾਂ ਅਸੀਂ ਇੰਟਰੈਕਟਿਊਅਲ ਪ੍ਰੋਪਰਟੀ ਰਾਈਟਸ ਦੀ ਗੱਲ ਕਰਦੇ ਆਂ ਪਰ ਤੁਸੀਂ ਅਸਲ ਦੇ ਵਿੱਚ ਗੱਲ ਉਹਨਾਂ ਦੀ ਕਰਦੇ ਹੋਏ ਜਿਹੜੇ ਉਹਨਾਂ 'ਚ ਸਾਡੇ ਵਾਸਤੇ ਸੇਫਟੀ ਸੀ ਉਹ ਤੁਸੀਂ ਵਰਤ ਹੀ ਨਹੀਂ ਰਹੇ ਆਫਟਰ ਜਿਹੜੇ ਕਾਨੂੰਨ ਬਣੇ ਨੇ ਕਿ ਸਾਡੇ ਕੋਲ ਇੱਕ ਪ੍ਰੋਵੀਜ਼ਨ ਐ ਜਿਵੇਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਜੀ ਕੋਵਿਡ ਦੇ ਟੀਕੇ ਬਾਰੇ ਇਹ ਪ੍ਰੋਵੀਜ਼ਨ ਹਵਦਿਚ ਕੇ ਅਸੀਂ ਕਹਿ ਸਕਦੇ ਹਾਂ ਵੀ ਇਹ ਟੀਕਾ ਜਿਹੜਾ ਇਹਦੇ ਚਾਇਰੈਲਿਟੀ ਨਾਲ ਨਹੀਂ ਜਾਵੇ ਦਵਾਈਆਂ ਦੇ ਉੱਤੇ ਸੀ ਕੰਟਰੋਲ ਪੇਸ਼ੈਂਟ ਦੇ ਉੱਤੇ ਉਹਦੇ ਚ ਪ੍ਰੋਵੀਜ਼ਨ ਹੈਗੀਆਂ ਨੇ ਮਹਾਮਾਰੀ ਬਾਰੇ ਅਸੀਂ ਨਹੀਂ ਯੂਜ਼ ਕਰੀਆਂ ਸੋ ਇਸ ਕਰਕੇ ਇਹ ਬੜਾ ਵੱਡਾ ਡੇਂਜਰ ਹੈ ਦੇਸ਼ ਦੀ ਅਰਥਚਾਰੀ ਵਾਸਤੇ ਪਹਿਲਾਂ ਪੋਲਿਟਿਕਸ ਔਰ ਸੋਸਾਇਟੀ ਵਾਸਤੇ ਸੋਸ਼ਲ ਫੈਬਰਿਕ ਵਾਸਤੇ ਏਕੇ ਵਾਸਤੇ ਦੇਸ਼ ਦੀ ਏਕਤਾ ਵਾਸਤੇ ਤੇ ਦੇਸ਼ ਦੀ ਚੰਗੀ ਪੋਲਿਟਿਕਸ ਦੇ ਵਾਸਤੇ ਡੇਂਜਰਸ ਹੈ ਦੂਜਾ ਹੋਣ ਇਹ ਦੇਸ਼ ਦੇ ਅੱਠ ਚਾਰੀ ਵਾਸਤੇ ਬਹੁਤ ਜ਼ਿਆਦਾ ਡੇਂਜਰਸ ਹੈ ਕਿ ਦੇਸ਼ ਦੀਆਂ ਜਿਹੜੀਆਂ ਅਸੀਂ ਨਵਰਤਨ ਲੋਕ ਤਾਂ ਕਹਿੰਦੇ ਨੇ ਮੈਂ ਕਹਾਂਗਾ ਜਿਹੜੀਆਂ ਕੰਪਨੀਆਂ ਬਣਾਈਆਂ ਸੀ ਜਿਹੜਾ ਅਸੀਂ ਕੁਝ ਐਸਟ ਕਰੀਏਟ ਕਰੀਆਂ ਸੀ ਉਹ ਐਸਟ ਵੇਚੀਆਂ ਜਾ ਰਹੀਆਂ ਨੇ ਕਿਉਂਕਿ ਪੈਸਾ ਨਹੀਂ ਕੋਲੇ ਪੈਸਾ ਚਾਹੀਦਾ ਹੈ ਪੈਸਾ ਉਹ ਐਸਟ ਵੇਚ ਕੇ ਤੁਸੀਂ ਤੁਸੀਂ ਇੱਕ ਬੜਾ ਮਹੱਤਵਪੂਰਨ ਵਿਸ਼ਾ ਛੂਇਆ ਹੈ ਇਕਨੋਮਿਕਸ ਦਾ ਡਾਟ ਗਰਗ ਸਰ ਮੇਰਾ ਸਵਾਲ ਇਕਨੋਮਿਕਸ ਨਾਲ ਜੁੜਿਆ ਹੋਇਆ ਹੈ ਲੋਕਾਂ ਨੂੰ ਇਹ ਖਬਰਾਂ ਪਰੋਸੀਆਂ ਜਾ ਰਹੀਆਂ ਕਿ ਨਵਾਂ ਮੰਤਰੀ ਮੰਡਲ ਆ ਗਿਆ ਭਾਰੀ ਪਰਕਾ ਮੰਤਰੀ ਮੰਡਲ ਹੈ ਤੁਹਾਡੇ ਸਟੇਟ ਨੂੰ ਰਿਪ੍ਰেজੈਂਟੇਸ਼ਨ ਦਿੱਤੀ ਗਈ ਹੈ ਤੁਹਾਡੀਆਂ ਜਾਤੀਆਂ ਨੂੰ ਰਿਪ੍ਰেজੈਂਟੇਸ਼ਨ ਦਿੱਤੀ ਗਈ ਹੈ ਸਰ ਉਹਦੇ ਨਾਲ ਲੋਕਾਂ ਦਾ ਆਰਥਿਕ ਸੁਧਾਰ ਹੋ ਜਾਊਗਾ ਲੋਕਾਂ ਦੇ ਜੇਬ ਵਿੱਚ ਪੈਸੇ ਆ ਜਾਣਗੇ ਲੋਕਾਂ ਨੂੰ ਰੋਜ਼ਗਾਰ ਮਿਲ ਜਾਊਗਾ ਲੋਕਾਂ ਨੂੰ ਕੰਮ ਮਿਲ ਜਾਊਗਾ ਜਿਹਨਾਂ ਲੋਕਾਂ ਦੀਆਂ ਨੌਕਰੀਆਂ ਗਈਆਂ ਕਰੋਨਾ ਕਾਲ ਵਿੱਚ ਉਹਨਾਂ ਨੂੰ ਨੌਕਰੀਆਂ ਮਿਲ ਜਾਣਗੀਆਂ ਜਿਹੜੇ ਲੋਕ ਸੜਕਾਂ ਤੇ ਭੁੱਖੇ ਮਰੇ ਆ ਭੁੱਖੇ ਮਰੇ ਆ ਉਹਨਾਂ ਰੋਟੀ ਮਿਲ ਜਾਊਗੀ ਮੇਰਾ ਸਵਾਲ ਤਾਂ ਸਰ ਉਹਨਾਂ ਲਈ ਹੈ ਪਬਲਿਕਲੀ ਉਹਨਾਂ ਨੂੰ ਅਸੀਂ ਕੁਝ ਨਹੀਂ ਦੱਸ ਪਾਰੇ ਡਟ ਗਰਗ ਬਿਲਕੁਲ ਠੀਕ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਲੇਬਰ ਪਾਰਟਿਸਪੇਸ਼ਨ ਰੇਟ ਘਟ ਗਿਆ ਹੈ ਹਾਂ ਸਾਡੇ ਜਿਹੜਾ ਹੈਗਾ ਕਰੋਨਾ ਕਾਲ ਦੇ ਵਿੱਚ ਕਰੋਨਾ ਕਾਲ ਦੇ ਵਿੱਚ 1 ਕਰੋੜ ਜੋਬ 1 ਲੱਖਤ ਗਈ ਹੈ 34 ਲੱਖ ਜੋਬ ਇੱਕ ਮਹੀਨੇ ਚ ਗਈ ਹੈ ਤੇ ਕਰੋਨਾ ਕਾਲ ਦੇ ਵਿੱਚ ਜਿਹੜੇ ਜਿਹੜੇ ਸਾਡੇ ਕੋਲ ਸੀਗੇ 90 ਲੱਖ ਜੋਬ ਦੇ ਵਿੱਚੋਂ ਇੱਕ ਏਰੀਆ ਦੇ ਵਿੱਚ ਉਹਦੇ ਚੋਂ ਸਾਰੇ 85 ਲੱਖ ਰਹਿ ਗਏ ਸਡਨਲੀ ਜੋਬ ਕੱਟ ਰਹੇ ਨੇ ਇਹ ਜਿਹੜੀ ਲੋਕਾਂ ਦੀ ਇਨਕਮ ਨਹੀਂ ਵੱਧ ਰਹੀ ਕਿਸੇ ਵੀ ਤਰ੍ਹਾਂ ਮਿਡਲ ਕਲਾਸ ਜਿਹੜੀ ਹੈ ਉਹ ਥੱਲੇ 30% ਲੋਕ ਮਿਡਲ ਕਲਾਸ ਦੇ ਥੱਲੇ ਆਏ ਨੇ ਅੰਬਾਨੀ ਅਡਾਨੀ ਦੀ ਜਿਹੜੀ ਪ੍ਰਾਪਰਟੀ ਹੈ ਉਹ ਅੰਬਾਨੀ ਦੀ ਇੱਕ ਘੰਟੇ 'ਚ 19 ਪ੍ਰਾਪਰਟੀ ਵੱਧ ਜਾਂਦੀ ਹੈ ਜਿੰਨੀ ਕਿ ਕਿਸੇ ਕਾਮਨ ਮੈਨ ਨੇ 10000 ਸਾਲ 'ਚ ਪੈਸਾ ਕਮਾਣਾ ਇਹ 10000 ਸਾਲ ਲੱਗਿਆ ਰਹੇ 19 ਪ੍ਰਾਪਰਟੀ ਅੰਬਾਨੀ ਦੀ ਇੱਕ ਘੰਟੇ 'ਚ ਵੱਧ ਰਹੀ ਹੈ ਅਡਾਨੀ ਦੀ 13 ਬਿਲੀਅਨ ਡਾਲਰ ਤੋਂ ਵੱਧ ਕੇ 55 ਬਿਲੀਅਨ ਡਾਲਰ ਹੋ ਗਈ ਡੂਰਿੰਗ ਕੋਵਿਡ ਅੰਬਾਨੀ ਦੀ ਬੜੀ ਹੈ 80 80 ਬਿਲੀਅਨ ਡਾਲਰ ਹੋ ਗਈ ਸ਼ਾਇਦ ਕਿੰਨੀ ਬਾਟ ਕੇ ਕਿੰਨੇ ਤੋਂ ਸੋ ਇਹ ਜਿਹੜੀ ਇਹਨਾਂ ਦੀ ਪਰਪਰੀ ਵਧੀ ਹੈ ਮਿਡਲ ਕਲਾਸ ਥੱਲੇ ਆਈ ਹੈ ਲੋਰ ਮਿਡਲ ਕਲਾਸ ਥੱਲੇ ਆਈ ਹੈ ਲੋਕਾਂ ਦੇ ਜੋਬ ਗਏ ਨੇ ਲੋਕ ਬੇਰਜ਼ਗਾਰ ਹੋ ਕੇ ਸ਼ਹਿਰਾਂ ਚੋਂ ਬੇਰਜ਼ਗਾਰ ਹੋ ਕੇ ਪਿੰਡਾਂ ਵੱਲ ਨੂੰ ਗਏ ਨੇ ਔਰ ਇਹਨਾਂ ਦੀ ਇਕਨੋਮੀ ਕੀ ਕਹਿੰਦੀ ਆ ਹੁਣ ਜਿਹੜਾ ਮੈਂ ਕਹਿੰਦਾ ਸੀ ਵੀ ਜੇ ਇਨਫੀਸ਼ੀਐਂਸੀ ਦਿਖਣੀ ਆ ਸੀ타 ਰਾਮਨ ਜਿੰਨੀ ਜੀ ਜਿਹੜੀ ਇਨਫੀਸ਼ੀਐਂਸੀ ਆ ਫਾਈਨੈਂਸ ਮਿਨਿਸਟਰ ਦੀ ਉਹਨੇ ਤਾਂ ਮੈਨੂੰ ਲੱਗਦਾ ਕਿਸੇ ਦੀ ਵੀ ਨਹੀਂ ਉਹਦਾ ਤਾਂ ਕੋਈ ਵੀ ਗੱਲ ਠੀਕ ਨਹੀਂ ਹੈ ਸੋ ਉਹਦੇ ਵਿੱਚ ਕੀ ਹੋਇਆ ਹੈ ਜਿਹੜਾ 20 ਲੱਖ ਦਾ ਪੈਕੇਜ ਦਿੱਤਾ ਗਿਆ ਪੈਕੇਜ ਕਾਦੇ ਵਾਸਤੇ ਦੇਣਾ ਸੀ ਸਾਡੇ ਪ੍ਰੋਡਕਸ਼ਨ ਦਾ ਕ੍ਰਾਈਸਿਸ ਨਹੀਂ ਹੈ ਸਾਡੇ ਕੰਜ਼ਮਪਸ਼ਨ ਦਾ ਕ੍ਰਾਈਸਿਸ ਹੈ ਸਾਡੇ ਲੋਕਾਂ ਕੋਲ ਪੈਸਾ ਨਹੀਂ ਹੈ ਉਹ ਖਰੀਦ ਨਹੀਂ ਸਕਦੇ ਇਸ ਕਰਕੇ ਅਰਥਚਾਰੀਜ ਮੰਦੀ ਜਿਹਨੂੰ ਮੰਦੀ ਕਹਿੰਦੇ ਨਾ ਖੜੋਤਾਈ ਹੋਈ ਹੈ ਆਮ ਟੈਕਨੀਕਲ ਭਾਸ਼ਾ ਚ ਉਹਨੂੰ ਮੰਦੀ ਕਹਿੰਦੇ ਨੇ ਡਿਪਰੈਸ਼ਨ ਅਰਥਚਾਰੀਜ ਡਿਪਰੈਸ਼ਨ ਇਸ ਕਰਕੇ ਨਹੀਂ ਆਇਆ ਕਿ ਇੱਥੇ ਬਸਾਂ ਪ੍ਰੋਡਿਊਸ ਨਹੀਂ ਹੋ ਰਹੀਆਂ ਇੰਡਸਟਰੀ ਲੱਗ ਨਹੀਂ ਰਹੀ ਅਰਥਚਾਰੀਜ ਇਸ ਕਰਕੇ ਖੜੋਤਾਈ ਹੈ ਕਿ ਬਣੀਆਂ ਹੋਈਆਂ ਥਾਵਾਂ ਨੂੰ ਕੋਈ ਖਰੀਦ ਨਹੀਂ ਰਿਹਾ ਉਹ ਕਹਿੰਦਾ ਯਾਰ ਖਰੀਦਣਾ ਨਹੀਂ ਹੈ ਸੋ ਇਸ ਕਰਕੇ ਉਹਦੇ ਵਿੱਚ ਪੈਸਾ ਦੇਣਾ ਸੀ ਮੰਡੇਗਾ ਚ ਪੈਸੇ ਘਟਾਤੇ ਫੂਡ ਫਾਰ ਵਰਕ ਦੇ ਵਿੱਚ ਪੈਸੇ ਘਟਾਤੇ ਤੁਸੀਂ ਜਿਹੜਾ ਹੈਗਾ ਐਲਪੀਜੀ ਸਬਸਿਡੀ ਕਟਾਤੀ ਤੁਸੀਂ ਹਰ ਚੀਜ਼ ਕਟਾ ਕੇ ਤਕਰੀਬਨ 3 ਲੱਖ ਕਰੋੜ ਰੁਪਏ ਦੀਆਂ ਆ ਜਿਹੜਾ ਹੁਣ ਬਜਟ ਰੇਪੇ ਚ ਵਾਇਆ ਪਿੱਛੇ ਇਸ ਸਾਲ ਦੇ ਬਜਟ ਦੇ ਵਿੱਚ 3 ਲੱਖ ਕਰੋੜ ਰੁਪਏ ਦੀਆਂ ਸਬਸਿਡੀਆਂ ਕਟਾਈਆਂ ਨੇ ਜਿਹੜੀਆਂ ਇਹ ਕਹਿੰਦੇ ਨੇ ਅਸੀਂ ਰਾਹਤ ਦਿੱਤੀ ਹੈ ਸਿਰਫ 1 ਲੱਖ 3000 ਕਰੋੜ ਦੀ ਹੈ ਚਲੋ ਜਦ ਕਿ ਪੈਟਰੋਲ ਦੇ ਵਿੱਚੋਂ ਇਕੱਲੇ ਤੋਂ ਡੀਜ਼ਲ ਤੋਂ 5 ਲੱਖ ਕਰੋੜ ਰੁਪਈਆ ਟੈਕਸ ਦਾ ਕੇਂਦਰ ਸਰਕਾਰ ਹਰ ਸਾਲ ਲੈ ਰਹੀ ਹੈ ਸੋ ਇਸ ਕਰਕੇ ਸਾਡੇ ਅਰਥਚਾਰੇ ਨੂੰ ਬਹੁਤ ਜ਼ਿਆਦਾ ਡੇਂਜਰ ਚ ਧੱਕਿਆ ਜਾ ਰਿਹਾ ਹੈ ਕਿ ਐਸੈਟ ਬੇਚ ਕੇ ਗੁਜ਼ਾਰਾ ਕਰਿਆ ਜਾ ਰਿਹਾ ਕਿਉਂਕਿ 15 34 ਲੱਖ ਕਰੋੜ ਦੇ ਤੁਸੀਂ ਬਜਟ ਦੇ ਵਿੱਚੋਂ ਸਿਰਫ 16 ਲੱਖ ਕਰੋੜ ਰੁਪਈਆ ਰੈਵਨਿਊ ਇਕੱਠਾ ਕਰਦੇ ਹੋ ਤੇ ਫਿਰ ਬਾਕੀ ਕਿ ਕਿੱਥੋਂ ਤੁਸੀਂ ਗੁਜ਼ਾਰਾ ਕਰੋਗੇ ਤੁਹਾਡਾ ਕੰਮ ਚੱਲੂ ਕਿਵੇਂ ਸੋ ਇਸ ਕਰਕੇ ਇਹ ਸੀਰੀਅਸ ਮੈਟਰ ਹੈ ਚਲੋ ਹੁਣ ਸਰ ਆਖਰੀ ਸਵਾਲ ਇੱਕ ਲਾਈਨ ਦੇ ਵਿੱਚ ਮੋਦਰੀ ਮੋਦੀ ਮੰਤਰੀ ਮੰਡਲ ਦੇ ਇਸ ਨਵੇਂ ਮੰਤਰੀਆਂ ਤੇ ਅਸੀਂ ਜਸ਼ਨ ਮਨਾਈਏ ਭੰਗੜੇ ਪਾਈਏ ਕੀ ਕਰੀਏ ਸਰ ਨਹੀਂ ਕੋਈ ਭੰਗੜੇ ਪਾਣ ਦੀ ਲੋੜ ਨਹੀਂ ਇਹ ਰੁਟੀਨ ਕਹਿੰਦੇ ਵੀ ਨਾ ਇਹ ਇਹਦੇ ਨਾਲ ਕੋਈ ਪ੍ਰਣਾਲਾ ਬੰਕੇ ਨਾ ਕਿ ਨਾ ਸਿਰ ਨਹੀਂ ਪ੍ਰਣਾਲਾ ਫਾਇਦੀ ਥੈਂ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਇਹਦੇ ਨਾਲ ਇੱਕੋ ਹੀ ਫਰਕ ਪੈਣਾ ਵੀ ਮੋਦੀ ਸਾਹਿਬ ਦੀ ਸਰਦਾਰੀ ਹੋਰ ਜ਼ਿਆਦਾ ਵੱਧ ਜਾਣੀ ਹੈ ਇਹ ਮਾੜਾ ਮੋਟਾ ਕੋਈ ਕੁਝ ਕਹਿਣ ਵਾਲਾ ਸੀ ਤੇ ਦੂਜੀ ਗੰਦੇ ਇੱਕ ਧਾਰ ਹੈ ਪੱਕਾ ਨਹੀਂ ਹੈਗਾ ਕਿਉਂਕਿ ਬੀਜੇਪੀ ਵਾਲੇ ਇੰਨੇ ਵੀ ਨਹੀਂ ਹਿੰਮਤੀ ਹੁੰਦੇ ਵੀ ਬੀਜੇ ਚ ਵੀ ਬੀਜੇਪੀ ਦੇ ਵਿੱਚ ਤੇ ਆਰਐਸਐਸ ਦੇ ਵਿੱਚ ਥੋੜੀ ਜੀ ਸ਼ਾਇਦ ਦਰਾੜ ਪਵੇ ਤੇ ਜੇ ਦਰਾੜ ਹੋਏਗੀ ਉਹ ਦੇਸ਼ ਦੇ ਕਿਉਂਕਿ ਜੇ ਦੋ ਹਕਮਰਾਨ ਆਪਸ ਵਿੱਚ ਟੱਕਰ ਚ ਰਹੇਨ ਉਦੋਂ ਆਮ ਤੌਰ ਤੇ ਲੋਕਾਂ ਨੂੰ ਫੇਰ ਮਾੜਾ-ਮਟਾ ਕਿਉਂਕਿ ਉਹ ਇੱਕ ਦੂਜੇ ਨੂੰ ਆਪਦੇ ਚਾਹੇ ਖੁੰਧ ਕੱਢਣ ਵਾਸਤੇ ਚਰਚਾ ਕਰਦੇ ਨੇ ਐਕਸਪੋਜ਼ ਦਾ ਕਰਦੀ ਨੇ ਨਾ ਜਦ ਲੋਕਾਂ ਦੀ ਤਾਕਤ ਨਾ ਰਹੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹਦੇ ਵਿੱਚ ਨਾ ਜਸ਼ਨ ਮਨਾਉਣ ਦੀ ਗੱਲ ਆ ਨਾ ਰੋਣ ਦੀ ਗੱਲ ਆ ਕਈ ਕਹਿੰਦੇ ਨੇ ਕਿ ਜੀ ਇੰਨਾ ਵਰਜਨ ਪਾਤਾ ਤੇ ਬਣਾ ਕੇ 77 ਬੰਦੇ ਹੋਗੇ ਜੀ 81 ਹੋ ਸਕਦੇ ਨਾਲਾ ਕੇ ਸਮੇਂ ਇਹ ਚ ਪ੍ਰਾਇਮਰੀਸ ਤੇ 78 ਹੋ ਗਏ ਮੈਂ ਇਹਨੂੰ ਕੋਈ ਵੱਡੀ ਗੱਲ ਨਹੀਂ ਮੰਨਦਾ ਕਿਉਂਕਿ ਜਦ ਜਿਹੜੀ ਸਾਡੇ ਪ੍ਰੋਵੀਜ਼ਨ ਹੈ ਸਵਾਲ ਇਹ ਵੱਡ ਨਹੀਂ ਹੁੰਦਾ ਜੇ ਕੰਮ ਕਰਨ ਨਾਲ ਰੋਣ ਇੱਕ ਇੱਕ ਸਿੰਗਲ ਇੱਕ ਸਿੰਗਲ ਇੱਕ ਸਿੰਗਲ ਲਾਈਨ ਦੇ ਵਿੱਚ ਹੋਰ ਜਵਾਬ ਦੇ ਦਿਓ ਲੋਕਾਂ ਦੀ ਤਾਕਤ ਵਧੀ ਹੈ ਜਾਂ ਮਿਸਟਰ ਮੋਦੀ ਤਾਕਤ ਵਧੀ ਹੈ ਮੋਦੀ ਲਈ ਵਧੀਆ ਚਲੋ ਬਹੁਤ ਧੰਨਵਾਦ ਡਾਟ ਕਰਗ ਡਾਟ ਕਰਗ ਹਰਾਨੇ ਬਹੁਤ ਹੀ ਸੰਖੇਪ ਵਿੱਚ ਬੜਾ ਹੀ ਸੁਲਝੇ ਹੋਏ ਤਰੀਕੇ ਨਾਲ ਉਹ ਇਨਸਾਈਡਰ ਦੱਸਿਆ ਜਿਹੜੇ ਅਸੀਂ ਮਿਸ ਕਰ ਰਹੇ ਸੀਗੇ ਸਭ ਤੋਂ ਵੱਡਾ ਸਵਾਲ ਅਸੀਂ ਤੁਹਾਡਾ ਮਿਸ ਕਰ ਰਹੇ ਸੀਗੇ ਪਬਲਿਕ ਦਾ ਸਵਾਲ ਪੋਲਿਟਿਕਸ ਦੀ ਗੱਲ ਹੋ ਰਹੀ ਸੀ ਪਬਲਿਕ ਦੀ ਗੱਲ ਨਹੀਂ ਹੋ ਰਹੀ ਸੀ ਤੇ ਪਬਲਿਕ ਨੂੰ ਡਾਟ ਕਰਗ ਨੇ ਬਹੁਤ ਤਰੀਕੇ ਨਾਲ ਫੋਕਸ ਕੀਤਾ ਤੁਹਾਡੀ ਤਾਕਤ ਵਧੀ ਕਿ ਨਹੀਂ ਵਧੀ ਇਹ ਸਵਾਲ ਮੈਂ ਕੀਤਾ ਸੀਗਾ ਤੁਹਾਡੀ ਤਾਕਤ ਨਹੀਂ ਵਧੀ ਡਾਟ ਕਰਗ ਕਹਿ ਰਹੇ ਆ ਮਿਸਟਰ ਮੋਦੀ ਤਾਕਤ ਵਧਦੀ ਹੈ ਤੁਹਾਡੀ ਤਾਕਤ ਉਦੋਂ ਵਧੂਗੀ ਜਦੋਂ ਤੁਹਾਡੇ ਕੋਲੇ ਪੈਸੇ ਖਰਚਣ ਨੂੰ ਜੇ ਵਿੱਚ ਹੋਣਗੇ ਪਰਚੇਜ਼ਿੰਗ ਪਾਵਰ ਤੁਹਾਡੇ ਕੋਲ ਹੋਵੇਗੀ ਉਦੋਂ ਜਿਹੜੀ ਕੰਜ਼ਮਪਸ਼ਨ ਹੈ ਜਿਹੜੀ ਉਹ ਵਧੇਗੀ ਇਥੇ ਚੀਜ਼ਾਂ ਪ੍ਰੋਡਿਊਸ ਤਾਂ ਹੋ ਰਹੀਆਂ ਪਰ ਉਹਨਾਂ ਨੂੰ ਵਰਤਣ ਵਾਲਾ ਕੋਈ ਨਹੀਂ ਖਰੀਦਣ ਵਾਲਾ ਕੋਈ ਨਹੀਂ ਜਦੋਂ ਖਰੀਦਣ ਵਾਲਾ ਹੋਵੇਗਾ ਫਿਰ ਉਦੋਂ ਪੈਟਰੋਲ ਜਦੋਂ ਸਸਤਾ ਮਿਲੇਗਾ ਤੇ ਟਰਾਂਸਪੋਰਟ ਸਿਸਟਮ ਸਾਡਾ ਸੁਧਰੇਗਾ ਤੇ ਤਾਂ ਹੀ ਤੁਹਾਡੀ ਰਸੋਈ ਤੁਹਾਡੀ ਖੇਤੀ ਦਾ ਬਜਟ ਜਿਹੜਾ ਉਹ ਸੈੱਟ ਹੋਵੇਗਾ ਸਵਾਲ ਤੁਹਾਡੇ ਆ ਪਰ ਸਵਾਲ ਮਿਸਟਰ ਮੋਦੀ ਤਕਸੀਮਤ ਕਰਕੇ ਪੇਸ਼ ਕੀਤੇ ਜਾ ਰਹੇ ਇਸ ਕਰਕੇ ਤੁਹਾਡਾ ਸਵਾਲ ਕੀਤਾ ਮੈਂ ਇਸ ਕਰਕੇ ਮੈਂ ਪੁੱਛਿਆ ਸੀ ਨਵੇਂ ਮੰਤਰੀ ਆ ਪੁਰਾਣੇ ਚੈਲੰਜ ਹੈ ਚੁਣੌਤੀਆਂ ਪੁਰਾਣੀਆਂ ਚਿਹਰੇ ਨਵੇਂ ਬਹੁਤਮਾ